ਸਤਿਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਵਲੌਗ ਤੇ ਅੱਜ ਦਿਨ ਦੀ ਸ਼ੁਰੂਆਤ ਕਰਤੀ ਹੋ ਇੱਥੇ ਅਗਰ ਟੀ ਨਹੀਂ ਸਹੀ ਹੋ ਸਕਦੀ ਹੈ ਨਾ ਰਾਤੀ ਆਪਾਂ ਇਹ ਲੇਟ ਹੈ ਜੇ ਲਗਾਤਾਰ 15 ਦਿਨ ਰਹਿ ਗਏ ਨਾ ਫਿਰ ਕਰ ਦਾਂਗੇ ਹੈ ਸ਼ਾਮ ਵਾਲਾ ਇਹ ਕਿ ਸ਼ਾਮ ਨੂੰ ਜੇ ਆਪਾਂ 11 ਵਜੇ ਨੂੰ ਘਰੇ ਆ ਜਾਈਏ ਤੇ 12 ਨੂੰ ਟੇਢੇ ਹੋ ਜਾਈਏ ਕੱਦੂ ਵਾਲੇ ਵਲੌਗਾਂ ਚ ਬੜੇ ਭਰਾ ਕਹਿਣ ਡੇ ਕਹਿੰਦੇ ਬਾਪੂ ਮਿਸ ਆ ਤੇ ਬਾਪੂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਸਹੀ ਗੱਲ ਹੈ ਯਾਰ ਹੈਨਾ ਤੁਸੀਂ ਸਰਪੰਚ ਨੂੰ ਮਿਸ ਕਰਨਾ ਸੀ ਨਾ ਟਾਈਮ ਸਿਰ ਟਿਕਟ ਹੁੰਦੀ ਤੇ ਸਹੀ ਗੱਲ ਨਹੀਂ ਸਰਪੰਚ ਬਹੁਤ ਫਰਕ ਪਿਆ ਸਰਪੰਚ ਚੰਗੀ ਲੜ ਲੱਗਦਾ ਹੀ ਆ ਨਹੀਂ ਸਰਪੰਚ ਨੇ ਸਟੋਰੀਆਂ ਵੇਖ ਕੇ ਕਹਿੰਦਾ ਤਾਂ ਹੀ ਮਰੀ ਜਾਣੀਆਂ ਸੀ ਸ਼ਕੀਨੀ ਹੈ ਸਾਜਨ ਦੀ ਗੱਲ ਸਾਜਨ ਦੀ ਗੱਲ ਕਹਣਾ ਜੱਗ ਦੀ ਪਾਤੀ ਆਂਡੇ ਦੀ ਭੁਰਜੀ ਦੀ ਪਾਤੀ ਸ਼ੇਕਰ ਦੀ ਪਾਤੀ ਜਾਂ ਬਾ ਜਿਮ ਦੀ ਪਾਤੀ ਉਹ ਵੀ ਸ਼ੇਕ ਚ ਪਾ ਪਾ ਕੇ ਲੈ ਵੀ ਮਿੱਤਰਾ ਗੱਲ ਏਦਾਂ ਵਾ ਉੱਠੇ ਹੀ ਪਏ ਹੁਣ ਕਸ਼ਟ ਜਿਹਾ ਕਰਕੇ ਜਿਮ ਲਾਈਏ ਜਿਮ ਵੀ ਕਹਦਾ ਅਸੀਂ ਵੀ ਦੋ ਟਾਈਮ ਪੰਗਾ ਲਿਆ ਇੱਕ ਆੜੀ ਕਰਨੀ ਸਵੇਰੇ ਸ਼ਾਮਾਂ ਨੂੰ ਜਿਮ ਲਾਉਣਾ ਸੀ ਵੀ ਉਹ ਫੀਟਿੰਗ ਲੈਣ ਡੇ ਚਿਕਿਟਸ ਵਾਲੀ ਚਿਕਿਟਸ ਵਾਲੀ ਫੀਟਿੰਗ ਲੈਣ ਡੇ ਪੂਰੀ ਹੈ ਦੋ ਟਾਈਮ ਜਿਮ ਹੈ ਕਿਆ ਬਾਤ ਹੈ ਬਾਬਾ ਸੁੱਖ ਰੱਖੇ ਚਲੋ ਫਿਰ ਮਿੱਤਰੋ ਉਹ ਕੱਪੜੇ ਚੱਲੀਏ ਮਿੱਤਰਾ ਕਹਿੰਦੇ ਚੋਬਰਾ ਨੇ ਖਿੱਚਤੀ ਉਹ ਤਿਆਰੀ ਹੈ ਉਹ ਕਹਿੰਦੇ ਅਵੇ ਬਹੁਤ ਘੱਟ ਦੇਂਦੀ ਗੱਡੀ ਖਿੱਚ ਕੇ ਆਏ ਮੁੰਡੇ ਰਾਤ ਨੂੰ ਮਾਰੋ ਸਿੱਕਾ ਹੈ ਲੈ ਵੀ ਮਿੱਤਰਾ ਮੌਸਮ ਹੋਇਆ ਪਿਆ ਜੀ ਇਹਦੇ ਯਾਰ ਹੋਣਾਂ ਨੇ ਸਵੇਰੇ ਵਾਲਾ ਆਨੰਦ ਮਾਣ ਡੇ ਮੌਸਮ ਦਾ ਇਹਦਾ ਨਾ 12:00 ਉਹ ਗੱਲ ਨਹੀਂ ਬਣਦੀ ਇਸ ਕਰਕੇ ਯਾਰ ਨਹੀਂ ਕਹਿੰਦਾ ਕਿ ਚਲੋ ਚਲੀਏ ਨਾਲੇ ਕਾਹੜੀ ਕਰਾਵਾਂਗੇ ਬਾਂਦੇ ਨਾਲ ਨਾਲੇ ਹਾਂ ਨਾਲੇ ਰੌਣਕ ਮੇਲਾ ਕਰਾਵਾਂਗੇ ਨਹੀਂ ਕਿਸੇ ਟਾਈਮ ਆਪਾਂ ਜਿੰਮ ਜਾਂਦੇ ਅਸੀਂ ਲੈ ਵੀ ਮਿੱਤਰਾ ਬੱਤੀਆਂ ਬੰਦ ਹੋਣ ਕਰਕੇ ਵੇਖੋ ਕੀ ਹੋਣ ਡਿਆ ਚੁਰਬਲ ਹੋਣ ਡੀ ਜੀ ਮੁਲਾਜ਼ਮ ਕਿੱਥੇ ਗਏ ਅੱਜ ਮੁਲਾਜ਼ਮ ਛੁੱਟੀ ਤੇ ਲੱਗਦਾ ਮੈਨੂੰ ਲੈ ਵੀ ਮਿੱਤਰਾ ਕੰਮ ਨਾਰੇ ਨਾਈ ਹੋਇਆ ਸੇਬ 2 ਕਿਲੋ ਫੜ ਲਓ ਫਰੂਟ ਜੀ ਚੰਗਾ ਹੈਗਾ ਸਾਰਾ ਲੈ ਲਓ ਇਹਦੇ ਕੋਲ ਸੇਬ ਕੇਲੇ ਦਵਾਣਾ ਲੈ ਲਓ ਲੱਗਦਾ ਵਿੱਚ ਪਾਣੀ ਗਰਮ ਪਾ ਤਾ ਇਹਨੂੰ ਪਾਣੀ ਗਰਮ ਪਾ ਤਾ ਤੂੰ ਗੁਰੂਆਂ ਨੂੰ ਤੂੰ ਚਾਹੁੰਦਾ ਕਿ ਬਸ ਬੇਹੋਸ਼ ਹੋ ਡੇ ਪਏ ਇੱਥੇ ਪਿੰਡੋਂ ਡਿੱਗਣਾ ਹੋਵੇ ਘਰੇ ਡਿੱਗਦਾ ਇੱਥੇ ਡਿੱਗਦਾ ਜੇ ਡਿੱਗਦਾ ਹੋਵੇ ਨਾ ਇੱਥੇ ਡਿੱਗਦਾ ਹੁੰਦਾ ਘਰੇ ਡਿੱਗਦਾ ਹੁੰਦਾ ਸਿਰਫ ਉਦੋਂ ਬੜੀ ਤੜੀ ਚੀ ਖਾਧੀ ਮਤਲਬ ਵਰਕਆਊਟ ਹੋ ਗਿਆ ਜੀ ਓਕੇ ਰਿਪੋਰਟ ਸਰਪੰਚ ਹੋਣੀ ਮਾਰੀ ਜਾਂਦੇ ਡੰਡ ਮਿੱਤਰਾ ਸਰਪੰਚ ਹੋਣਾ ਨੂੰ ਲੈ ਦਈਏ ਮੈਂਬਰਸ਼ਿਪ ਆਪਾਂ ਜਿੰਮ ਦੀ ਲਾਓ ਉੱਠੋ ਜਿੰਮ
ਮਿੱਤਰਾ ਜਿਮ ਵਾਲਾ ਕੰਮ ਕਰ ਲਈ ਓਕੇ ਰਿਪੋਰਟ ਪਹੁੰਚਣਾ ਮੈਂਬਰਸ਼ਿਪ ਵੀ ਲੈ ਤੀ ਤੇ ਲਾਓ ਉੱਠੋ ਉੱਠੋ ਜਿਮ ਤੇ ਖਾਓ ਪੀਓ ਇੱਥੇ ਮੈਨੂੰ ਹੋਰ ਨਹੀਂ ਪਤਾ ਇੱਥੇ ਸਰੀਰ ਆਪਣਾ ਤਗੜਾ ਰਹਿਣਾ ਪਿੰਡ ਨੂੰ ਹਫ਼ਤਾ ਵੀ ਰਹਿ ਗਿਆ ਹਫ਼ਤੇ ਰਿਜ਼ਲਟ ਵੇਖ ਲਿਓ ਵੀ ਮਿੱਤਰਾ ਗੱਲ ਇੱਦਾਂ ਕਿ ਮੁੰਡੇ ਪਹੁੰਚ ਗਏ ਕੈਫੇ ਦੇ ਉੱਤੇ ਖਾਣ ਪੀਣ ਵਾਸਤੇ ਤੇ ਮੈਂ ਬੈਠਾ ਕਮੈਂਟ ਪੜ੍ਹਨ ਲੈ ਦੂਹੋ ਦੂ ਤੇ ਬੰਦੇ ਪੁੱਛਦੇ ਕਹਿੰਦੇ ਗੱਡੀ ਨੂੰ ਵਾਪਸ ਚਿਓੜੇ ਟਾਇਰ ਕਦੋਂ ਪਾਉਣੇ ਰੋਣਾ ਵੜਾ ਪੈਣ ਡਿਆ ਬਾਅਦ ਦੱਸਦਾ ਪਹਿਲਾਂ ਖਾਲਾ ਭੁੱਖ ਹੋਣੀ ਲੱਗੀ ਮੈਨੂੰ ਮੇਰਾ ਵੀ ਰਿਹਾ ਨਹੀਂ ਗਿਆ ਡਿਆ ਕੀ ਕਰਾਇਆ ਜੀ ਕਰਦਾ ਗੱਲ ਇਸ ਟੋਪਿਕ ਦੇ ਡਾਇਟ ਦੇ ਨਾਲ ਨਾਲ ਕਹਿੰਦੇ ਆ ਵੀ ਚੀਜ਼ਾਂ ਚੱਲਦੀਆਂ ਜੀ ਇੱਕ ਬੰਦੇ ਦਾ ਕੱਲ੍ਹ ਮੈਨੂੰ ਮੈਸੇਜ ਆਇਆ ਕਹਿੰਦਾ ਗੁਰੂ ਤੂੰ ਇੰਨਾ ਖਾਂਦੇ ਫਿਰ ਵੀ ਇੰਨੇ ਫਿੱਟ ਰਹਿੰਦੇ ਜੇ ਤੇ ਮੈਂ ਟ੍ਰੈਡ ਮਿਲ ਤੇ 40-45 ਮਿੰਟ ਅਸੀਂ ਉੱਤੋਂ ਮੈਂ ਨਾ ਨਹੀਂ ਲਈਦਾ ਬੜਾ ਜ਼ੋਰ ਮਾਰੀ ਦਾ ਬਈ ਹੈ ਹਾਂ ਕਿਸੇ ਦਿਨ ਲਾ ਕੇ ਦੇਖੋ ਜੇ ਮਾਡੇ ਨਾਲ ਮਿੱਤਰਾ ਲੀੜਾਂ ਲਈਆਂ ਸੀ ਮੁੰਡਿਆਂ ਨੇ ਮਾਰ ਫਲੈਟ ਚੱਲੀਏ ਤੇ ਲੀੜਾ ਕੱਪੜਾ ਪਾਈਏ ਤੇ ਮੇਰਾ ਰਾਦਾ ਕਿ ਸਲੂਨ ਚੱਲੀਏ ਗੱਡੀ ਤੋਂ ਨਹੀਂ ਆਈ ਗੱਡੀ ਉਹ ਮੀਂਹ ਪੈਣਾ ਜੇ ਰਹਿਣ ਤੋਂ ਕੋਈ ਨਹੀਂ ਅੱਜ ਦੀ ਦਿਹਾੜੀ ਕੱਢੋ ਔਖੇ ਸੌਖੇ ਹੋਵੇ ਕੱਲ੍ਹ ਨੂੰ ਵੇਖਾਂਗੇ ਜੇ ਮੀਂਹ ਨਾ ਪਿਆ ਕਿਉਂਕਿ ਨੈੱਟ 'ਤੇ ਵੀ ਮੀਂਹ ਹੈਗਾ ਵਾ ਆਹੋ ਕੋਈ ਨਹੀਂ ਕੱਲ੍ਹ ਨੂੰ ਧੁੱਪ ਜਾਣੀ ਆ ਤਾਂ ਹੀ ਕਹਿਣ ਡਿਆ ਨਾ ਜਾ ਕੇ ਸਲੂਨ ਦਾ ਕੰਮ ਕਰੀਏ ਟੈਨਿੰਗ ਟੂ ਨਹੀਂ ਹੋਈ ਮਾੜੀ ਮੋਟੀ ਕਿਤੇ ਡਿਸਕ ਪੁਸਕ ਜਾਈਏ ਆਪਾਂ ਵੀ ਇੱਧਰ ਰਹਿਣਾ ਜੇ ਵੀ ਮਿੱਤਰਾ ਕਹਿੰਦੇ ਚੋਬਰ ਚੋਬਰ ਪਹੁੰਚ ਚੱਲੇ ਜੀ ਫਲੈਟ 'ਤੇ ਫਲੈਟ ਦੇ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਲੈ ਆਏ ਸ਼ੋਪਿੰਗ ਆਪਾਂ ਨੂੰ ਕਰਕੇ ਆਉਣੀ ਪੈਣੀ ਇੱਕ ਨਾ ਆਂਡਾ ਵਗੈਰਾ ਲੈ ਕੇ ਆਉਣਾ ਆਪਣਾ ਕਿੰਨੇ ਕਿੰਨੇ ਕਿੰਨਾ ਸਮਾਨ ਵਾਹੇ ਰਹਿਣਾ ਸਣੀ ਦਾ ਫੋਨ ਆਇਆ ਸਣੀ ਕਹਿੰਦਾ ਮੈਂ ਤਾਂ ਗਿਆ ਪਿੰਡ ਨੂੰ ਆਪਾਂ ਫਿਰ ਉਹਦੇ ਹੋਰ ਵੀ ਕੰਮ ਕੁੰਮ ਕਰ ਲੈਂਦੇ ਹਾਂ ਕੱਪੜਾ ਕੱਪੜਾ ਲੈਣਾ ਕੱਪੜਾ ਵੇਚ ਲੈਂਦੇ ਕੱਪੜੇ ਮੈਂ ਤਾਂ ਲੈ ਗਿਆ ਸਾਰੇ ਆਪਣੇ ਬਸ ਇਹ ਹੈ ਕਿ ਸਾਜਨ ਦਾ ਫੋਨ ਆ ਗਿਆ ਫਿਰ ਸਾਜਨ ਵਾਲਾ ਨੂੰ ਸੱਦ ਲੈਂਦੇ ਜਾਂ ਕਿਤੇ ਬਹਿ ਬੂ ਜਾਂਦੇ ਹਾਂ ਨਾਲੀਏ ਫਿਰ ਸਣੀ ਤਿਆਰ ਹੋਈ ਹੈ ਹਨਾ ਤਿਆਰ ਨਹੀਂ ਨੋਰਮਲ ਜਿਹਾ ਰਹਾਂਗੇ ਪਜਾਮੇ ਜਿਹਾ ਪਾ ਕੇ ਟੀ ਸ਼ਰਟ ਪਾ ਕੇ ਤੇ ਬਸ ਠੀਕ ਹੈ ਜੇ ਤਿਆਰ ਹੋਣ ਦੀ ਜਗ੍ਹਾ 'ਚ ਬਹਿ ਗਏ ਨਾ ਫਿਰ ਆਪਾਂ ਬਹੁਤ ਟਾਈਮ ਲੱਗਣਾ ਉਹ ਵੀ ਆਪਣੇ ਸਾਹਮਣੇ ਆਪਾਂ ਤੇ ਪਾਉਣਾ ਵੀ ਪਜਾਮਾ ਪਜਾਮੇ ਦੇ ਰਲ ਪਾਊਂਗਾ ਮੈਂ ਪਜਾਮੇ ਦੇ ਨਾਲ ਟੀ ਸ਼ਰਟ ਪਾਊਂਗਾ ਮੈਂ ਕੋਈ ਕਿਤੇ ਲਿਟਿਆ ਕਿਤੇ ਲਿਟਿਆ ਜੀ ਥੱਲੇ ਡੇਰੇ ਲਾਏ ਕੁੜੀ ਨੇ ਸਰਪੰਚ ਨਾਲ ਸੋਫੇ ਮੱਲੇ ਕਾਹਨੂੰ ਕਦਾਂ ਕਰਾਈ ਜਾਂਦੇ ਉੱਥੋਂ ਖਾਓ ਪੀਓ ਗੁਰੂਆ ਸੌਣ ਆਏ ਜੀ ਮੈਂ ਵੀ ਵਿੱਚ ਹੀ ਹਾਂ ਵੈਸੇ ਸਵੇਰ ਦਾ ਜਿਉਂ ਗੁਰੂਆ ਜਿੰਮ ਜਾਂ ਲਾ ਕੇ ਆ ਗਏ ਮਾੜਾ ਜਿਹਾ ਇਹੋ ਸੋਚਿਆ ਕਿ ਚੱਲਣਾ 2 ਘੰਟੇ ਸੌਂ ਜਾਈਏ 2 ਘੰਟੇ ਸੌਣ ਦੇ ਚੱਕਰ ਵਿੱਚ 5:30 ਵਜੇ ਉੱਠ ਕੇ ਜਾ ਗਈ ਗੁਰੂਆ ਮੈਨੂੰ ਪਤਾ ਨਹੀਂ ਕਿੰਨੇ ਕੁ ਫੋਨ ਫਾਨ ਆਏ ਗਏ ਮੈਨੂੰ ਨਹੀਂ ਪਤਾ ਲੱਗਾ ਚੰਗੀ ਨੀਂਦ ਪੂਰੀ ਕੀਤੀ ਗੁਰੂਆ ਪਿੰਡ ਉਦੋਂ ਦੇ ਭੱਜੇ ਫਿਰਨ ਡੇ ਅਸਲ ਦੇ ਵਿੱਚ ਨਾ ਨੀਂਦ ਪੂਰੀ ਨਹੀਂ ਆਉਂਦੀ ਇੱਥੇ ਅਗਰ ਰੈਸਟ ਆਉਂਦੀਆਂ ਜੀ ਸਵੇਰੇ ਮੀਂਹ ਪੈ ਗਿਆ ਤਾਂ ਸਾਰਾ ਹੁਣ ਤਵਾੜ ਜਿਹਾ ਲੱਗ ਗਿਆ ਭੈਣ ਮਤਲਬ ਮੈਂ ਨਾ ਕਮੈਂਟ ਪੜ੍ਹਨ ਦਿਆਂ ਸੀ ਆਪਣੇ ਵਲੋਗ ਦੇ ਹੀ ਅਤੇ ਇੱਕ ਸੱਜਣ ਦਾ ਕਮੈਂਟ ਹੈ ਕਹਿੰਦਾ ਵੀ ਕੱਦੂ ਵਾਲੇ ਵਲੋਗ ਪਏ ਆ ਅਤੇ ਲੀਰਾਂ ਦੇ ਮਿਰਚਾਂ ਲੱਗਣ ਲੱਗ ਪਈਆਂ ਇਹ ਜਾਣ ਮੇਰੀ ਹਰ ਸਾਲ ਲੱਗਦੀਆਂ ਹੁੰਦੀਆਂ ਵਾ ਗੱਡੀਆਂ ਅਸੀਂ ਆਪਣੀਆਂ ਤੋੜਦੇ ਹਾਂ ਵਲੋਗ ਅਸੀਂ ਆਪਣਾ ਬਣਾਉਂਦੇ ਹਾਂ ਅਤੇ ਵਿੱਚ ਨਾ ਅੱਗੇ ਵੀ ਅਸੀਂ ਕਿਹਾ ਜਿਹਨਾਂ ਨੂੰ ਨਹੀਂ ਪਸੰਦ ਉਹ ਨਾ ਵੇਖਿਆ ਕਰੋ ਹੈ ਅਸੀਂ ਉਹਨਾਂ ਲਈ ਬਣਾਉਂਦੇ ਜਿਹੜੇ ਚੀਜ਼ਾਂ ਨੂੰ ਵੇਖਣਾ ਪਸੰਦ ਕਰਦੇ ਹੈ ਨਾ ਆਪਾਂ ਕਹਿੰਦੇ ਰੌਣਕ ਮੇਲਾ ਅਤੇ ਕਹਿੰਦਾ ਵਿੱਚ ਕਹਿੰਦਾ ਤੁਸੀਂ ਰੀਲ ਪਾਈ ਕਿਸੇ ਨੇ ਪੇ ਚੱਕ ਕੇ ਪਾਈ ਕਿਸੇ ਨੇ ਪਾਈ ਕਹਿੰਦਾ ਉਹਦੇ ਵਿੱਚ ਕਮੈਂਟਾਂ 'ਚ ਲੀਰਾਂ ਕਹਿੰਦਾ ਕੁੜੀ ਹੈਗੀਆਂ ਧੂੰਆਂ ਕੱਢਣ ਡੀਆਂ ਅਸੀਂ ਅਤੇ ਕਹਿੰਦਾ ਅਸੀਂ ਫਿਰ ਪ੍ਰਸ਼ਾਦ ਦੇ ਕੇ ਆਏ ਹਾਂ ਇਹ ਗਲਤ ਜਾਣ ਮੇਰੀ ਇਹ ਹੈਗੀ ਆ ਚਲੋ ਪਿਆਰ ਤੁਹਾਡੇ ਨਾਲ ਅਸੀਂ ਅੱਗੇ ਕਿਤਾਬ ਬੈਠੇ ਗੱਲਾਂ ਕਰਦੇ ਹੁੰਦੇ ਹਾਂ ਕਿ ਸਾਨੂੰ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਉਲਟ ਕੋਈ ਮਾੜੀ ਮੋਟੀ ਗੱਲ ਕਰਕੇ ਪਾਉਂਦਾ ਨਾ ਅਤੇ ਪ੍ਰਸ਼ਾਦ ਇਹੋ ਜਿਹਾ ਮਿਲਦਾ ਨਾ ਕਮੈਂਟਾਂ ਦੇ ਵਿੱਚ
ਉਹ ਚੀਜ਼ ਵੇਖ ਕੇ ਇੰਨੀ ਦਿਲ ਨੂੰ ਖੁਸ਼ੀ ਮਿਲਦੀ ਹੈ ਨਾ ਕਿ ਯਾਰ ਕਦੀ ਜਵਾਬ ਦੇਣ ਦੀ ਸਾਨੂੰ ਲੋੜ ਹੀ ਨਹੀਂ ਪਈ। ਸਹੀ ਗੱਲ ਦੱਸਾਂ ਵੀ ਅਸੀਂ ਕੱਲ੍ਹ ਪਰਸੋਂ ਦੀ ਗੱਲ, ਕੱਲ੍ਹ ਪਰਸੋਂ ਅਸੀਂ ਮੈਂ ਅਤੇ ਗੁਰਵੀਰ ਦਾ ਬੈਠੇ, ਮੈਂ ਗੁਰਵੀਰ ਰੱਬ ਵੱਲੋਂ ਹੀ ਬਖਸ਼ੀ ਆ, ਮੈਂ ਇੱਕ ਪ੍ਰੇਮ ਪਿਆਰ ਜਿਹਾ ਬਣਿਆ ਵਾ ਆਪਣਾ ਔਡੀਅੰਸ ਦੇ ਨਾਲ, ਕਦੀ ਵੀ ਜਵਾਬ ਦੇਣ ਦੀ ਮੈਨੂੰ ਅੱਜ ਤੱਕ ਲੋੜ ਨਹੀਂ ਪਈ, ਕਦੀ ਨਹੀਂ ਪਈ। ਤੁਸੀਂ ਵੇਖਿਆ ਕਦੀ ਆਪਾਂ ਕਿਸੇ ਨੂੰ ਰਿਪਲਾਈ ਕੀਤਾ ਹੋਵੇ? ਆਪਾਂ ਨੋਰਮਲ ਆਪਣਾ ਫੇਅਰ ਫੰਕਸ਼ਨ ਕਰੀ ਜਾਣਾ, ਇੰਨਾ ਕੁ ਮਾਣ ਹੈ ਆਪਣੇ ਭਰਾਵਾਂ 'ਤੇ ਜਿਹੜੇ ਆਪਾਂ ਨੂੰ ਵੇਖਦੇ ਆ, ਉਹ ਚੰਗੀ ਸੀਂਡੀ ਕੱਢ ਕੇ ਆਉਂਦੇ ਕਮੈਂਟਾਂ ਦੇ ਵਿੱਚ। ਮੈਂ ਕੀ ਨਾ ਉਹਨਾਂ ਨੇ ਕਿ ਛੱਡੋ ਪਰਾਂ ਕੀ ਲੈਣਾ, ਬੱਲੇ ਬੱਲੇ 'ਚ ਭਰ ਨਹੀਂ ਟੱਲਦੇ, ਪਿਆਰ ਹੀ ਕੋਈ ਜ਼ਿਆਦਾ ਲਾ ਲਓ ਜਾਂ ਕਿੱਦਾਂ ਵੀ, ਹੈ ਨਾ, ਬਰਦਾਸ਼ਤ ਨਹੀਂ ਕੀਤਾ ਜਾਂਦਾ ਉਹਨਾਂ ਕੋਲ। ਫਿਰ ਕਮੈਂਟ ਪੜ੍ਹ ਕੇ ਸਾਨੂੰ ਵੀ ਹਾਸਾ ਆਉਂਦਾ ਹੁੰਦਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪਈ, ਜਿਹੜੀਆਂ ਗੱਲਾਂ ਅਸੀਂ ਕਹਿਣੀਆਂ ਸੀ ਉਹ ਇਹ ਸੱਜੀਆਂ ਅੱਡੀਆਂ ਕਹਿ ਆਈਆਂ ਵਾ। ਤਾਂ ਕਰਕੇ ਜਾਣੇ ਮੇਰੀ ਦਿਲੋਂ ਲੱਭ ਜੂ ਤੁਹਾਡੇ ਨਾਲ। ਅਤੇ ਵਲੋਗ ਕੱਦੂ ਵਾਲੇ ਵਲੋਗ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ, ਇਹੋ ਜਿਹੇ ਵਲੋਗ ਹੁਣ ਅਸੀਂ ਇੱਕ ਚੀਜ਼ ਸੋਚੀ, ਮੈਂ ਤਾਂ ਸੋਢੀ ਵੀਰਾ ਸਵੇਰੇ ਸੋਢੀ ਚੱਲਿਆ ਆਪਣਾ ਬਾਹਰ, ਹੈ ਨਾ, ਮੈਨੂੰ ਪਤਾ ਨਹੀਂ ਮੈਨੂੰ ਭੁੱਲ ਗਿਆ ਚੇਤਾ, ਉਹਨੇ ਕੱਲ੍ਹ ਚੱਲ ਜਾਣਾ ਅਤੇ ਮੇਰੀ ਸਵੇਰੇ ਗੱਲ ਹੋਈ, ਮੈਨੂੰ ਪੁੱਛਣਾ ਕਿੱਥੇ, ਮੈਂ ਚੰਡੀਗੜ੍ਹ, ਕਹਿੰਦਾ ਯਾਰ ਮੈਂ ਚੱਲ ਜਾਣਾ ਕੱਲ੍ਹ, ਤੂੰ ਚੱਲ ਗਿਆ, ਅਤੇ ਮੈਂ ਸੌਣ ਲੱਗੀ, ਮੇਰੇ ਦਿਮਾਗ 'ਚੋਂ ਨਿਕਲ ਗਿਆ, ਮੈਂ ਆ ਜਾਂਦਾ, ਕਹਿੰਦਾ ਹੁਣ ਹੀ ਚੱਲ ਕੋਈ ਨਹੀਂ ਫਨ ਕਰੋ ਤੁਸੀਂ। ਅਤੇ ਉਹ ਮੈਨੂੰ ਦੱਸਣ ਡਿਆ, ਮੈਨੂੰ ਕਹਿੰਦਾ ਕਹਿੰਦਾ ਕਿ ਕੱਦੂ ਵਾਲੇ ਵਲੋਗਾਂ ਨੂੰ ਵਾਹ ਪਿਆਰ ਦਿੱਤਾ, ਕਹਿੰਦਾ ਇਹੋ ਜਿਹੇ ਵਲੋਗ ਬਣਵਾ ਰਿਹਾ ਹੈਗਾ। ਮੈਂ ਇਹੋ ਜਿਹੇ ਹੁਣ ਆਪਾਂ ਡੇਲੀ ਡੇਲੀ ਬਣਾ ਨਹੀਂ ਸਕਦੇ, ਹੈ ਨਾ, ਮੈਂ ਐਤਵਾਰ ਦੇ ਐਤਵਾਰ ਕੋਈ ਨਾ ਕੋਈ ਇਹੋ ਜਿਹਾ ਵਲੋਗ ਆਪਾਂ ਟੋਚਣ ਵਾਲਾ ਜਾਂ ਕੋਈ ਨਾ ਕੋਈ ਹਫ਼ਤੇ 'ਚ ਇੱਕ ਵਲੋਗ ਆਪਾਂ ਇਹੋ ਜਿਹਾ ਕੱਢਿਆ ਕਰਾਂਗੇ, ਹੈ ਨਾ, ਜ਼ਿਆਦਾ ਫੰਕਸ਼ਨ ਵਾਲਾ, ਜ਼ਿਆਦਾ ਮਾਹੌਲ ਵਾਲਾ, ਹੈ ਨਾ, ਅਤੇ ਉਹ ਚੀਜ਼ ਕਰਿਆ ਕਰਾਂਗੇ, ਅੱਜ ਸਲਾਹਾਂ ਕਰਨ ਦੇ। ਅਤੇ ਬਾਕੀ ਤੁਹਾਨੂੰ ਵੀ ਕੀ ਨਾ ਕਿਹਾ ਵੀ ਕਮੈਂਟ ਕਰਕੇ ਦੱਸਦਿਆ ਕਰੋ ਕਿ ਇੱਦਾਂ ਦੀ ਚੀਜ਼ ਕੋਈ, ਤੁਹਾਨੂੰ ਜ਼ਿਆਦਾ ਟੂਰ ਦੇ ਬੜੇ ਕਮੈਂਟ ਆਉਂਦੇ ਕਿ ਕੋਈ ਟੂਰ ਕੱਢੋ, ਗੱਡੀਆਂ ਵੀ ਲਈਆਂ ਵਾ, ਅਤੇ ਇਹ ਚੀਜ਼ ਜਾਣ ਮੇਰੀ ਕਰਾਂਗੇ। ਹੁਣ ਵੀ ਸਾਡਾ ਪਲੈਨ ਬਣ ਰਿਹਾ ਪਹਾੜੇ ਲੈ ਕੇ ਜਾਣ ਡਿਆ, ਅਤੇ ਉਹ ਕੁੜੀ ਆ ਆਹ ਵੀਡੀਓ ਨੈੱਟ 'ਤੇ ਵਹਿੰਦੇ ਰਹੀਦਾ, ਅਤੇ ਉਹ ਕਦੇ ਪਹਾੜੇ ਪਿਆ ਕਦੇ ਪਾਣੀ ਆ ਗਿਆ, ਅਤੇ ਉਸ ਕਰਕੇ ਡਰ ਲੱਗਦਾ ਕੁੜੀ ਆ ਕੀ ਲੈਣਾ ਬੱਲੇ ਬੱਲੇ 'ਚੋਂ, ਹੈ ਨਾ, ਜਾਈਦਾ ਹੀ ਨਹੀਂ ਆ, ਅਤੇ ਥੋੜ੍ਹਾ ਜਿਹਾ ਠੰਡ ਠੰਡੋਲਾ ਜਾਂਦਾ, ਅਤੇ ਫਿਰ ਬਣਾ ਲੈਂਦੇ ਹਾਂ ਪਲੈਨ, ਹੈ ਨਾ, ਅਤੇ ਫਿਰ ਕੱਢ ਆਵਾਂਗੇ ਟੂਰ ਇੱਕ ਅੱਧਾ। ਮਤਲਬ ਕਿ ਮਹੀਨੇ 'ਚ ਸਾਜਨ ਨਾ ਮੇਰੀ ਉਦਣ ਗੱਲ ਹੋਣ ਦੀ, ਸਾਜਨ ਨਹੀਂ ਕਹਿਣ ਡਿਆ, ਮੈਂ ਜਾਂਦਾ ਹੀ ਨਹੀਂ ਨਾ, ਇਹ ਸਾਰੇ ਤੁਰ ਫਿਰ ਆਉਂਦੇ, ਸਾਜਨ ਹੋਣੀ ਪਿੱਛੇ ਜਿਹੇ ਹੋ ਗਿਆ ਜੀ, ਅਤੇ ਸਾਜਨ ਵੀ ਕਹਿੰਦਾ ਕਹਿੰਦਾ ਢਿੱਲੋ ਵੀਰ ਆਪਾਂ ਇੱਕ ਟੂਰ ਮਹੀਨੇ 'ਚ ਇੱਕ ਤਾਂ ਜ਼ਰੂਰ ਕੱਢਿਆ ਕਰੀਏ, ਭਾਵੇਂ ਲਾਗੇ ਪਿੰਡਾਂ ਦਾ ਕੱਢਿਆ ਕਰੀਏ, ਅਤੇ ਇੰਨੇ ਪੰਜ ਨਾਲ ਬੰਦਾ ਇਕੱਠੇ ਹੋ ਜਾਂਦੇ ਸਾਰੇ ਭਰਾ, ਹੈ ਨਾ, ਉਦਾਂ ਚਲੋ ਸਾਰਿਆਂ ਦੇ ਕੰਮ ਕਰ ਆਪੋ ਆਪਣੇ ਜ਼ਿੰਦਗੀ 'ਚ ਬਥੇਰੇ ਹੁੰਦੇ ਆ। ਹੁਣ ਕੱਦੂ ਵਾਲੇ ਵਲੋਗਾਂ 'ਚ ਕਈ ਵਾਰ ਆਪਣੇ ਸੱਜਣ ਇਹੋ ਜਿਹੇ ਜਿਹੜੇ ਆ ਹੀ ਨਹੀਂ ਪਾਏ, ਹੈ ਨਾ, ਕਿ ਘਰਾਂ ਦੇ ਘਰਾਂ ਕੀ ਘਰ ਹੁੰਦੇ, ਹੈ ਨਾ, ਮਜਬੂਰੀਆਂ ਬਣ ਜਾਂਦੀਆਂ, ਸੌ ਗੱਲਾਂ ਹੁੰਦੀਆਂ, ਹੈ ਨਾ, ਅਤੇ ਕੋਈ ਕਿਸੇ ਨੇ ਗੁੱਸੇ ਨਾਰਾਜ਼ਗੀ ਨਹੀਂ ਆ, ਆਪਾਂ ਇੱਕ ਵਾਰ ਸਾਰਿਆਂ ਨੂੰ ਇਨਵਾਈਟ ਕਰ ਦਈਦਾ ਵੀ ਜਾਣ ਆਹ ਗੱਲ ਆ ਅਤੇ ਆਹ ਬਾਅਦ ਆਉਣਾ ਵਾ, ਅਤੇ ਜਿਨ੍ਹਾਂ ਕੋਲ ਆ ਗਿਆ ਵਾ ਉਹਨਾਂ ਨਾਲ ਵੀ ਦਿਲੋਂ ਪਿਆਰ, ਜਿਨ੍ਹਾਂ ਕੋਲ ਨਹੀਂ ਆਏਗਾ ਉਹਨਾਂ ਨਾਲ ਦਿਲੋਂ ਰਹਿਣਾ ਵਾ, ਹੈ ਨਾ, ਇਹ ਨਹੀਂ ਕਿ ਨਿੱਕੀ ਜਿਹੀ ਗੱਲ ਕਰਕੇ ਆਪਾਂ ਯਾਰੀ ਤੋਂ ਪਿੱਛੇ ਹਟ ਜਾਵਾਂਗੇ, ਹਾਂ ਵੀ ਉਹ ਆਏ ਨਹੀਂ, ਆਪਾਂ ਨੂੰ ਕਿਸੇ ਨਾ ਕੋਈ ਗੁੱਸੇ ਨਾਰਾਜ਼ਗੀ ਨਹੀਂ ਆ, ਹੈ ਨਾ, ਅਤੇ ਬਾਕੀ ਤੁਹਾਡੇ ਨਾਲ ਜ਼ਿਆਦਾ ਲੱਭ ਜੂਗਾ ਕਿਉਂਕਿ ਤੁਸੀਂ ਯਾਰ ਕੀ ਤਾਂ ਜ਼ਿਆਦਾ ਹੀ ਨਹੀਂ ਠਾਲਿਆ, ਹੈ ਨਾ, ਅਤੇ ਅਗਲੀ ਵਾਰ ਆਪਾਂ ਵਧੀਆ ਪ੍ਰੋਗਰਾਮ ਕਰਾਂਗੇ, ਬਾਬਾ ਸੁੱਖ ਰੱਖੇ, ਐਰ ਕੀ ਉਹ ਚੀਜ਼ ਵੇਖ ਲਈ ਹੈ, ਹੈ ਨਾ, ਅਤੇ ਅਗਲੀ ਵਾਰ ਆਪਾਂ ਐਰ ਕੀ ਆਪਣੀ ਚਲੋ ਪੈਲੀ ਵੀ ਠੇਕੇ 'ਤੇ, ਅਗਲੇ ਸਾਲ ਮੈਂ ਪੈਲੀ ਆਪ ਰੱਖਣੀ ਆ, ਆਪਣੀ ਪੈਲੀ ਤਾਂ ਇਹ ਹੋਊਗਾ ਇੱਕ ਦਿਨ ਵੀ ਮਿੱਥਿਆ ਹੋਊਗਾ ਨਾ, ਅਤੇ ਜੇ ਬੱਤੀ ਨਾ ਵੀ ਆਉਂਦੀ ਹੋਊਗੀ ਅਤੇ ਆਪਾਂ ਉਹਦੇ ਵਿੱਚ ਪਾਣੀ ਛੱਡ ਸਕਦੇ ਹਾਂ, ਜਨਰੇਟਰ ਲਾ ਕੇ ਛੱਡ ਲਾਂਗੇ, ਹੈ ਨਾ, ਅਤੇ ਫਿਰ ਬਾਕੀ ਜਿਹੜੇ ਵੀਰ ਭਰਾ ਮਿਲਣਾ ਮਿਲ ਕੇ ਜਿਹੜੇ ਆਉਣਗੇ ਉਹਨਾਂ ਵਾਸਤੇ ਪ੍ਰੋਗਰਾਮ ਕਰਾਂਗੇ ਵਧੀਆ, ਓਕੇ ਰਿਪੋਰਟ ਵਾਲਾ, ਅਤੇ ਬਾਬਾ ਸੁੱਖ ਰੱਖੇ। ਲੈ ਵੀ ਮਿੱਤਰਾ, ਕਹਿੰਦੇ ਨਹੀਂ ਜੀ ਲੱਗਾ ਮੁੰਡਿਆਂ ਦਾ, ਕਹਿੰਦੇ ਆ ਗਏ ਫਿਰ, ਇਹ ਤਾਂ ਸਾਰਾ ਨਾਲ ਹੀ ਆਇਆ ਸਾਡੇ, ਇਹਦੀ ਵੀ ਗੱਲ ਕਰਦੇ, ਇਹਦੀ ਗੱਲ ਕਰਦੇ ਆ, ਆਹ ਬੂ ਆਹ ਬੂਦੀ ਨਾਲ ਗੱਲ ਕਰਦੇ, ਆਹ ਬੂਦੀ ਹਣੀ ਆੜੇ ਬੂਦੀ ਹਣੀ ਆੜੇ, ਹੈਂ ਜਰਾਬਾ ਸਹਿਜ ਕਰੋ,
ਅੰਮ੍ਰਿਤਸਰ ਤਰਨ ਤਾਰਨ ਹੈ ਬਥੇਰੇ ਬੰਦੇ ਮਾਲੀ ਜੀ ਹੈਗੇ ਮੇਰੇ ਕੋਲ ਮਾਲੀ ਚ ਮੈਂ ਜਿੱਥੇ ਜਾਵਾਂ ਪਾਸਲੇ ਬੰਦੇ ਲੱਭ ਲੈਂਦਾ ਨਾਲ ਹੈ ਓਹੋ ਭਾਈ ਮੜਾ ਯਾਰ ਓਹੋ ਐ ਤੇਰੀ ਮੰਨੇ ਇਹਦੇ ਮਸ਼ੀਨ ਬਾਹਲੀ ਤੇਜ਼ੀ ਸਾਲਿਆ ਭੁੱਲਣਾ ਭੁੱਲਣਾ ਫੋਨ ਤੇ ਨਹੀਂ ਲੱਗਿਆ ਮਸ਼ੀਨ ਚਾਹ ਦੀ ਲੋੜ ਨੀ ਤੇਰਾ ਮਾਰ ਪਰਾ ਜਦੋਂ ਦਾ ਗੋਜ ਦਾ ਮੂੰਹ ਬਣਾਇਆ ਨਾ ਇੱਥੇ ਦੇ ਮੂੰਹ ਮੈਂ ਬੜੇ ਦੇ ਬਣਦੇ ਦੇਖੇ ਤੇ ਭੁੱਲਣ ਦਾ ਭਾਂਜ ਨਾ ਸਵੇਰੇ ਚਲੀ ਜਿਮ ਚਲੀ ਯਾਰ ਨਾਲ ਕਿਹਾ ਹੋਇਆ ਬਹਿੰਦੇ ਜਾ ਕੇ ਪਹਿਲਾਂ ਜੇ ਹਨਾ ਹੋ ਤਿਆਰ ਮਿੰਟੋ ਮਿੰਟ ਤੁਸੀਂ ਤੇ ਭਰ ਲਾਉਣਾ ਨੀ ਜਿਮ ਥੱਲੇ ਬਹਿ ਜਾ ਕੈਫੇ ਬਹਿ ਜਾ ਨਹੀਂ ਸਾਡੇ ਪਾ ਲਓ ਮਾੜੇ ਮੋਟੇ ਕੱਪੜੇ ਲੈ ਕੇ ਨੀ ਨਾਲ ਚੰਡੀਗੜ੍ਹ ਆਪਾਂ ਦੋਸਤ ਇੱਥੇ ਹੀ ਆ ਟੈਨਸ਼ਨ ਨਾ ਲਓ ਤੁਸੀਂ ਜੇ ਸ਼ੇਰਾ ਕੱਢ ਕੱਢ ਗਿਆ ਜੇ ਸ਼ੇਰਾ ਕੱਢ ਗਿਆ ਪਰ ਮਾਂ ਵੀ ਤੇ ਗੁਰੀ ਵੀਰ ਗਏ ਮਾੜਾ ਜਿਹਾ ਕੰਮ ਤੇ ਉਹਨਾਂ ਮੈਨੂੰ ਫੋਨ ਕੀਤਾ ਕਹਿੰਦੇ ਬਈ ਹਜੇ ਨਾ ਆਇਓ ਟ੍ਰੈਫਿਕ ਬਹੁਤ ਜ਼ਿਆਦਾ ਆ ਕਹਿੰਦਾ ਅੱਧਾ ਪੌਣਾ ਘੰਟਾ ਰੋਕ ਕੇ ਤੁਰ ਪਿਓ ਤੇ ਮੈਂ ਕਿਹਾ ਬਈ ਇੱਦਾਂ ਕਰ ਲੈਂਦੇ ਹਾਂ ਫਿਰ ਆਪਾਂ ਉਹਨਾਂ ਚਿਰ ਗਰੀਬੀ ਨੂੰ ਮਾਦੇ ਲੈਂਦੇ ਮੈਂ ਤੁਹਾਡੇ ਕਮੈਂਟ ਪੜ੍ਹਨ ਲਿਆ ਪਿਆ ਕਹਿੰਦੇ ਬਾਈ ਕਹਿੰਦੇ ਜਿਹੜੇ ਪਹਿਲੇ ਸਾਲ ਕੱਦੂ ਵਾਲੇ ਵਲੋਗ ਨਹੀਂ ਮੈਂ ਬਣਾਏ ਕਹਿੰਦਾ ਯਾਰ ਕਿ ਸਾਰੀਆਂ ਕਸਰਾਂ ਪੂਰੀਆਂ ਕਰਤੀਆਂ ਸਹੀ ਗੱਲ ਜਾਣ ਮੇਰੀ ਇਹ ਪਹਿਲੇ ਸਾਲ ਕਿਸੇ ਕਾਰਨ ਕਰਕੇ ਰਹਿ ਗਏ ਸੀ ਅਤੇ ਯਾਰ ਕੀ ਬਾਬੇ ਦੀ ਕਿਰਪਾ ਨਾਲ ਬਹਿ ਜਾ ਹੋ ਗਈ ਜਿਹੜੇ ਵੀਰ ਭਰਾ ਆ ਗਏ ਉਹ ਚੀਜ਼ ਨੇ ਬੜਾ ਸਿਰਾ ਲਾਇਆ ਪਿਆ ਹੈ ਨਾ ਆਪਾਂ ਚਲੋ ਨੋਰਮਲ ਜੀ ਗੱਲ ਕੀਤੀ ਕਿ ਮੇਰੇ ਭਰਾ ਜਿਹੜੇ ਹਨਾ ਆਹ ਦੇ ਨਾਲ ਜੀ ਉਹ ਨਾ ਪ੍ਰੋਪਰ ਜੀ ਪ੍ਰੋਪਰ ਤਰੀਕੇ ਨਾਲ ਕਿਹਾ ਹੁੰਦਾ ਟਾਈਮ ਦਿੱਤਾ ਹੁੰਦਾ ਤਰੀਕ ਦਿੱਤੀ ਹੁੰਦੀ ਫਿਰ ਜ਼ਿਆਦੀਆਂ ਕੱਲ੍ਹ ਨੂੰ ਗੱਲਾਂ ਆ ਰਹੀਆਂ ਇਹ ਕੰਮ ਆਪਾਂ ਅਗਲੇ ਸਾਲ ਜ਼ਰੂਰ ਕਰਾਂਗੇ ਬਾਬਾ ਸੁੱਖ ਰੱਖੇ ਹੈ ਨਾ ਪਰ ਐਤਕੀ ਬਹਿ ਜਾ ਹੋ ਗਈ ਹੈ ਕਹਿੰਦੇ ਬਾਕੀ ਸ਼ਾਮਾਂ ਦੇ ਮਾਹੌਲ ਦਾ ਬਾਲਕੋਨੀ ਦੇ ਵਿੱਚ ਆਨੰਦ ਮਾਣਦੇ ਹੋਏ ਪਿੰਡ ਵੀ ਆਪਾਂ ਤਾਂ ਬਾਲਕੋਨੀਆਂ ਬਣਾਈਆਂ ਐਸੇ ਚੀਜ਼ ਦਾ ਕਰਕੇ ਹੈ ਨਾ ਕਮਰੇ ਦੇ ਵਿੱਚ ਆਪਾਂ ਬਾਰੀ ਥਾਣੀ ਆਹ ਚੀਜ਼ ਥੋੜ੍ਹੀ ਦੇਖ ਸਕਦੇ ਹਾਂ ਨਾ ਬਾਹਰ ਆਪਾਂ ਬਹਿ ਸਕਦੇ ਇੱਥੇ ਹੁਣ ਬਾਹਰ ਨਾਲ ਗਰੀਨ ਟੀ ਚੱਲਣ ਡਈ ਉਹ ਤੁਹਾਨੂੰ ਗੱਲਾਂ ਹੁੰਦੀਆਂ ਇਸ ਤੋਂ ਬਾਅਦ ਤਿਆਰ ਹੋ ਕੇ ਚੱਲਦੇ ਹਾਂ ਕੈਫੇ ਕੁਫੇ ਬਵਾਂਗੇ ਜਿੰਮ ਲਾਵਾਂਗੇ 9 ਵਜੇ ਜਿਹੜਾ 11 ਵਜੇ ਨੂੰ ਵਿਹਲੇ ਹੋ ਜਾਈਏ ਅਤੇ 12 ਵਜੇ ਪਹਿਲਾਂ ਆ ਕੇ ਟੇਢੇ ਹੋ ਜਾਈਏ
ਹਾਂ ਭਾਈ ਚੰਗਾ ਬਾਸ਼ੀ ਬੁਢਾਉਣ ਕੀਤਾ ਬੰਦਿਆਂ ਨੇ ਸਟਾਈਲ ਪਤਾ ਕਿਹੜਾ ਆ ਬਿਨਾ ਗੇਰਾਂ ਵਾਲਾ ਟੈਂਪੂ ਸ਼ੁਕਰ ਹੈ ਭਰਾ ਵਾਲ ਚੇਂਜ ਕਰਾਏ ਵਾਲਾ ਰੰਗ ਚੇਂਜ ਕਰਾਇਆ ਤੂੰ ਜੇ ਮੈਂ ਭੂਤੀ ਲੱਗਦਾ ਸੀ ਸਹੀ ਗੱਲ ਹੈ ਉਧਰ ਵੀ ਪੂਰਾ ਜ਼ੋਰ ਲੱਗ ਗਿਆ ਨੇ ਕਰਾ ਦਿੱਤਾ ਸੀ ਵਾਲਾ ਰੰਗ ਚੇਂਜ ਉਹ ਵੀ ਉਧਰ ਉਸਤਾਦ ਉਹਨੇ ਵੀ ਕਰਾਤਾ ਸੀ ਉਹਨੇ ਵੀ ਕਰਾ ਕੇ ਛੱਡਿਆ ਸੀ ਉਹ ਵੀ ਉਸਤਾਦ ਉਹਨੇ ਕਰਾ ਕੇ ਛੱਡਿਆ ਕਹਿੰਦਾ ਵਾਲਾ ਰੰਗ ਚੇਂਜ ਕਹਿੰਦਾ ਖੇੜਾ ਛੱਡਣਾ ਸੀ ਇੰਨਾ ਫਰਕ ਹੀ ਵੇਲਾ ਹੈ ਬਾਕੀ ਬੰਦਿਆਂ ਨੇ ਕਹਿੰਦੇ ਫੁੱਲ ਹੀ ਬਾਸ਼ੀ ਬਣਾਉਣ ਕੀਤਾ ਆ ਐਂ ਮੂੰਹ ਤੋਂ ਪਤਾ ਲੱਗਿਆ ਨਾ ਕਿ ਖੁਸ਼ ਬੜੇ ਆ ਤੇ ਧੁੱਪੇ ਫਿਰ ਕੇ ਰੰਗ ਕੁੜੀਆਂ ਸਵਾਰੇ ਕਰ ਲਏ ਆ ਨਾਲ ਮੇਰਾ ਵੀ ਹੋ ਗਿਆ ਮੈਂ ਕਹਿਣਾ ਕਿਸੇ ਨੂੰ ਬਾਹਾਂ ਇੱਧਰ ਕੀ ਬਣੀਆਂ ਪਈਆਂ ਗੁਰੂ ਆ ਪਰ ਆਪਾਂ ਨੂੰ ਇਹੋ ਜਿਹਾ ਰੰਗ ਹੀ ਪਸੰਦ ਸੀ ਕਣਕ ਭਿੰਨਾ ਜਿਹਾ ਕਹਿੰਦੇ ਹਾਂ ਕਣਕ ਭਿੰਨਾ ਜਿਹਾ ਜ਼ਿਆਦਾ ਚਿੱਟਾ ਰੰਗ ਕੁੜੀ ਹੈ ਨਾ ਫੁੱਦੂ ਜਿਹਾ ਲੱਗਦਾ ਬਾਅਦ ਮੁੰਡਿਆਂ ਦੇ ਵੈਸੇ ਨਹੀਂ ਚਾਹੀਦਾ ਮੇਰਾ ਤਾਂ ਚੱਲ ਚਿੱਟਾ ਨਹੀਂ ਆਪਣਾ ਲਾਲ ਜਿਹਾ ਵਾਲਾ ਰੰਗ ਹੈਗਾ ਅਸਲ ਦੇ ਵਿੱਚ ਕਣਕ ਭਿੰਨਾ ਜਿਹਾ ਹਨਾ ਬਾਕੀ ਡਾਈ ਡੂਟ ਕਰਕੇ ਜਦੋਂ ਮੰਨ ਲਓ ਰਹਿੰਦਾ ਥੋੜ੍ਹਾ ਲਾਲ ਲਾਲ ਜਿਹਾ ਜਾਂ ਚਿੱਟਾ ਰੰਗ ਹੋਵੇ ਤਾਂ ਕੁੜੀ ਫੁੱਦੂ ਜਿਹਾ ਲੱਗਦਾ ਬਾਕੀ ਕਹਿਣ ਦਿੰਦੇ ਕਿ ਰੰਗ ਚਿੱਟੇ ਵਾਲਾ ਬੰਦਾ ਜ਼ਿਆਦਾ ਸੋਹਣਾ ਹੁੰਦਾ ਵਾ ਉਹ ਬੰਦਾ ਨਹੀਂ ਸੋਹਣਾ ਹੁੰਦਾ ਬੰਦਾ ਉਹ ਸੋਹਣਾ ਹੁੰਦਾ ਜਿਹੜਾ ਦਿਲੋਂ ਸਾਫ਼ ਹੋਵੇ ਇਨਸਾਨੀਅਤ ਹੋਵੇ ਜਿਹੜੇ ਬੰਦੇ 'ਚ ਉਹ ਸੋਹਣਾ ਬੰਦਾ ਹੁੰਦਾ ਹੈ ਨਾ ਮੇਰੇ ਹਿਸਾਬ ਨਾਲ ਅਤੇ ਉਹ ਸੋਹਣਾ ਹੁੰਦਾ ਰੰਗ ਸਾਫ਼ ਦੀ ਕਿਹੜੀ ਗੱਲ ਆ ਇੱਥੇ ਕੁੜੀ ਦਾ ਵਾ ਤੁਸੀਂ ਆਮ ਹੀ ਵੇਖੇ ਹੋਣਗੇ ਪੁਰਾਣੇ ਐਕਟਰਾਂ ਉਕਟਰਾਂ ਦੀ ਫੋਟੋਆਂ ਕੱਢ ਕੇ ਵੇਖ ਲਿਓ ਪਹਿਲਾਂ ਕੀ ਸੀ ਜਦੋਂ ਦਾ ਕੋਈ ਪੈਸੇ 'ਤੇ ਲਾ ਜਾਂਦਾ ਪੈਸੇ ਦੇ ਨਾਲ ਟ੍ਰੀਟਮੈਂਟ ਕਰਾ ਕੇ ਸ਼ਕਲ ਹੀ ਚੇਂਜ ਕਰ ਲੈਂਦੇ ਆ ਪਰ ਜੇ ਕੁੜੀ ਦਾ ਦਿਲ ਹੀ ਕਾਲਾ ਹੋਊਗਾ ਅੰਦਰ ਇਨਸਾਨੀਅਤ ਨਹੀਂ ਹੋਊਗੀ ਅਤੇ ਉਹ ਜੇ ਰੰਗ ਚਿੱਟੇ ਨੂੰ ਕੀ ਚਾਰ ਪਾਉਣਾ ਕੁੜੀ ਆ ਵਾ ਇੱਥੇ ਲੋਕਾਂ 'ਚ ਇਨਸਾਨੀਅਤ ਹੀ ਖਤਮ ਹੋਈ ਪਈ ਹੈ ਹੈ ਨਾ ਬੰਦੇ 'ਚ ਇਨਸਾਨੀਅਤ ਹੋਣੀ ਚਾਹੀਦੀ ਆ ਹਮਦਰਦੀ ਹੋਣੀ ਚਾਹੀਦੀ ਹੈ ਹੈ ਨਾ ਅਤੇ ਆ ਕੱਲ੍ਹ ਪਰਸੋਂ ਦੀ ਗੱਲ ਹੈ ਕਿ ਕੁੱਤਾ ਮਰਿਆ ਪਿਆ ਰਾਜ ਅਤੇ ਉਹ ਸਾਡੇ ਸਾਹਮਣੇ ਨਾ ਅਸੀਂ ਉੱਥੇ ਖਲੋਤੇ ਸਾਡੇ ਸਾਹਮਣੇ ਕਿ ਸਾਨੂੰ ਨਹੀਂ ਪਤਾ ਮਰਿਆ ਵਾ ਇਹ ਤਾਂ ਗੱਡੀ ਥੱਲੇ ਪਿਆ ਅਤੇ ਉਹਨਾਂ ਨੂੰ ਪਤਾ ਸੀ ਮਰਿਆ ਉਹਨਾਂ ਨੂੰ ਚੁੱਕ ਕੇ ਅਤੇ ਸੁੱਟਤਾ ਇੱਦਾਂ ਹੀ ਸਾਈਡ 'ਤੇ ਅਸੀਂ ਕਿਹਾ ਮੈਂ ਬਈ ਇੱਦਾਂ ਨਾ ਕਰੋ ਅਤੇ ਸਮੈਲ ਆਉਣ ਡਿਆ ਪੈਣੀ ਹੈ ਫਿਰ ਕਿਹੜੀ ਗੱਲ ਹੈ ਮਿੰਟ 10 ਲੱਗਣੇ ਆ ਕਈ ਲਿਆਓ ਆਪਾਂ ਨੂੰ ਨੱਪ ਦਿੰਦੇ ਹਾਂ ਹੈ ਨਾ ਇਹ ਬੰਦੇ 'ਚ ਇਨਸਾਨ ਹੀ ਦੇਣੀ ਚਾਹੀਦੀ ਬੇਜ਼ਬੰਦਿਆਂ ਨਾਲ ਵੀ ਪਿਆਰ ਕਰਨਾ ਚਾਹੀਦਾ ਆਪਾਂ ਨੂੰ ਹੈ ਨਾ ਸਾਰਾ ਜਿੱਦਾਂ ਇਹ ਨੇਚਰ ਹੈ ਨੇਚਰ ਦੇ ਨਾਲ ਪਿਆਰ ਕਰਾਂਗੇ ਨਾ ਅਤੇ ਵਧੀਆ ਰਹਾਂਗੇ ਹੈ ਨਾ ਖੁਸ਼ੀ ਵੀ ਮਿਲਦੀ ਆ ਆਪਾਂ ਮਤਲਬ ਕੋਈ ਬੂਟੇ ਦੋ ਆਪਣੇ ਕਰਕੇ ਵੇਖ ਲਿਓ ਕਿਸੇ ਬੇਜ਼ਬੰਦੇ ਰੋਟੀ ਪਾ ਕੇ ਵੇਖ ਲਿਓ ਰੁੱਖ ਲਾ ਕੇ ਵੇਖ ਲਿਓ ਜਾਂ ਆਪਣੇ ਘਰ ਛੋਟੇ ਛੋਟੇ ਜਿੱਦਾਂ ਬੂਟੇ ਲਿਆ ਕੇ ਗਮਲੇ ਲਿਆ ਕੇ ਲਾ ਕੇ ਵੇਖ ਲਿਓ ਕਿੰਨੀ ਮਨ ਨੂੰ ਖੁਸ਼ੀ ਮਿਲਦੀ ਕਿਸੇ ਗਰੀਬ ਦੀ ਮਦਦ ਕਰਕੇ ਵੇਖ ਲਿਓ ਕਿਸੇ ਲੋੜਵੰਦ ਦੇ ਮੰਨ ਲਓ ਕਿਸੇ ਦੀ ਗਰੀਬ ਦੀ ਕੁੜੀ ਦਾ ਵਿਆਹ ਵਾ ਹੈ ਨਾ ਕਿਸੇ ਲੋੜਵੰਦ ਦੀ ਮਦਦ ਕਰਕੇ ਵੇਖ ਲਿਓ ਕਿੰਨਾ ਮਨ ਨੂੰ ਸਕੂਨ ਮਿਲਦਾ ਹੈ ਨਾ ਇਨਸਾਨੀਅਤ ਹੋਣੀ ਚਾਹੀਦੀ ਹਮਦਰਦੀ ਹੋਣੀ ਚਾਹੀਦੀ ਬੰਦੇ ਦੇ ਵਿੱਚ ਹੈ ਨਾ ਇਹ ਨਹੀਂ ਕਿ ਮੂੰਹ ਦੇ ਹੋਵੇ ਉੱਤੇ ਆਪਾਂ ਇੱਕ ਦੂਜੇ ਨਾਲ ਵਧੀਆ ਰਹਿਣ ਦੇਈਏ ਪਰ ਅੰਦਰ ਖਾਰ ਹੋਵੇ ਉਹ ਵੀ ਚੀਜ਼ ਨਹੀਂ ਚਾਹੀਦੀ ਆਪਣੇ ਆਪ ਵਿੱਚ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਮੈਂ ਕਿਸੇ ਨਾਲ ਮਾੜਾ ਨਹੀਂ ਕਰਨਾ ਕਿਸੇ ਦਾ ਮਾੜਾ ਨਹੀਂ ਸੋਚਣਾ ਹੈ ਨਾ ਜੇ ਤੁਸੀਂ ਮਾੜਾ ਸੋਚ ਲਿਆ ਨਾ ਕਿਸੇ ਦਾ ਸਮਝ ਲਓ ਤੁਸੀਂ ਕਰਤਾ ਤੁਸੀਂ ਸੋਚ ਲਿਆ ਸਮਝ ਲਓ ਹੋ ਗਿਆ ਅਤੇ ਇਹ ਚੀਜ਼ ਵੀ ਪੱਕੀ ਆ ਕਿ ਜੇ ਤੁਸੀਂ ਕਿਸੇ ਦਾ ਕਰਦੇ ਜਾਂ ਸੋਚਦੇ ਤੁਹਾਡੇ ਨਾਲ ਵੀ ਉਹ ਚੀਜ਼ ਹੋਣੀ ਹੋਣੀ ਹੈ ਭੱਜ ਨਹੀਂ ਤੁਸੀਂ ਸਕਦੇ ਇਹ ਗੱਲ ਤੋਂ ਇਹ ਕਰਕੇ ਸਾਡੇ ਨੂੰ ਆਪਣਾ ਮਸਤ ਰਿਹਾ ਕਰੋ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਨੰਦ ਲਿਆ ਕਰੋ ਜ਼ਿੰਦਗੀ ਦੇ ਪਤਾ ਨਹੀਂ ਰੱਬ ਨੇ ਕਦੋਂ ਆਵਾਜ਼ ਮਾਰਨੀ ਕਿ ਮਿੱਤਰ ਆ ਜਾ ਟਾਈਮ ਪੂਰਾ ਹੋ ਗਿਆ ਅਤੇ ਉਸ ਚੀਜ਼ ਤੁਸੀਂ ਭੱਜ ਨਹੀਂ ਸਕਦੇ ਜਾਣਾ ਤੁਹਾਨੂੰ ਪੈਣਾ ਇੱਕੋ ਇੱਕ ਚੀਜ਼ ਇਹੋ ਜਿਹੀ ਜਿਹ ਤੁਸੀਂ ਭੱਜ ਨਹੀਂ ਸਕਦੇ ਬਿਮਾਰ ਹੋ ਜਾਓਗੇ ਲੱਤ ਬਾਂਹ ਟੁੱਟ ਜੂਗੀ ਰੱਬ ਦੇ ਅਰਦਾਸਾਂ ਬੇਨਤੀ ਕਰਕੇ ਦਵਾਈ ਖਾ ਕੇ ਠੀਕ ਕਰ ਲਓਗੇ ਪਰ ਜਿੱਦਣ ਉਹ ਤਾਂ ਬੁਲਾਵਾ ਆ ਗਿਆ ਨੇ ਕਿ ਮਿੱਤਰਾ ਆ ਜਾ ਬੋਰੀ ਬਿਸਤਰਾ ਕਰ ਲਾ ਪੈਕ ਹੁਣ ਕਈ ਵਾਰ ਤਾਂ ਬੋਰੀ ਬਿਸਤਰਾ ਪੈਕ ਕਰਨ ਦਾ ਵੀ ਮੌਕਾ ਨਹੀਂ ਦਿੰਦਾ ਸੁੱਤਿਆਂ ਨੂੰ ਸੁੱਤੇ ਰਹਿਣ ਦਿੰਦਾ ਤਾਂ ਹੀ ਮੈਂ ਕਹਿੰਦਾ ਉਹਨਾਂ ਨੇ ਗੁਰੂ ਮਹਾਰਾਜ ਦੇ ਘਰ ਜਾਇਆ ਕਰੋ ਸੁਰਾਲੇ ਦੀਓ ਅਤੇ ਜਗਾ ਵੀ ਦਿਓ ਉਹਦਾ ਸ਼ੁਕਰਾਨਾ ਕਰਿਆ ਕਰੋ ਲੱਭਾ ਕਿ ਰੱਬਾ ਲੰਮੀਆਂ ਉਮਰਾਂ ਬਖਸ਼ੀ ਹੈ ਨਾ ਅਤੇ ਸ਼ੁਕਰਾਨਾ ਕਰਿਆ ਕਰੋ ਉਹਦਾ ਜਾਇਆ ਕਰੋ ਜ਼ਰੂਰ ਲੈ ਵੀ ਮਿੱਤਰਾ ਯਾਰ ਹੋਣੀ ਤਾਂ ਹੋ ਗਈ ਜੇ ਰੈਡੀ ਅਤੇ ਗੱਲ ਕਹਦੀ ਮਿੱਤਰੋ ਫਨ ਸ਼ਨ ਦੇ ਨਾਲ ਨਾਲ ਨਾ ਸਰੀਰ ਦਾ ਵੀ ਧਿਆਨ ਰੱਖਣਾ ਚਾਹੀਦਾ ਅਤੇ ਤੁਹਾਡਾ ਭਰਾ ਬੇਖੂਬੀ ਰੱਖ ਰਿਹਾ ਅਤੇ ਤਾਂ ਹੀ ਤੁਹਾਨੂੰ ਕਹਿੰਦਾ ਤੁਸੀਂ ਵੀ ਜਾਇਆ ਕਰੋ ਜਿੰਮ
ਆਪਾਂ ਮੱਤ ਵੀ ਉਹ ਦੇਈਦੀ ਜਿਹੜਾ ਪਹਿਲਾਂ ਚੀਜ਼ ਆਪ ਕਰ ਲਈ ਦੀ, ਫਿਰ ਤੁਹਾਨੂੰ ਦੱਸੀਦਾ ਹੈ ਨਾ। ਗੁਰਦੁਆਰਾ ਸਾਹਿਬ ਜਾਈਦਾ, ਜਿੰਮ ਜਾਈਦਾ, ਹੋਰ ਵੀ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਆਪਣੇ ਨਾਲ ਹੋ ਗਈਆਂ ਚੰਗੀਆਂ ਮਾੜੀਆਂ, ਉਹ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਗੱਲਾਂ ਕੱਢ ਕੇ ਦੱਸੀਦੀਆਂ ਕਿ ਭਾਈ ਆਹ ਕੰਮ ਕਰ ਲਿਓ ਔਰ ਨਾ ਕਰਿਓ, ਇਸ ਚੀਜ਼ ਦਾ ਫਾਇਦਾ, ਇਸ ਚੀਜ਼ ਦਾ ਨੁਕਸਾਨ ਆ, ਤਾਂ ਸੌ ਮਿਲੀ ਜਾਣ। ਆਪਾਂ ਚੱਲੀਏ ਹੁਣ ਜਿੰਮ, ਸਰਪੰਚ ਹੁਣੀ ਜਾ ਵੜੇ ਆ, ਆਪਾਂ ਰਹਿ ਗਏ ਹਾਂ ਅਤੇ ਚੱਲਦੇ ਹਾਂ। ਬਾਕੀ ਤੁਸੀਂ ਬੋਡੀ ਕੰਡੀਸ਼ਨ ਵੇਖੋ ਮਾੜੀ ਜੀ, ਕਾੜੀ ਕੁੜੀ ਫੋਲੋ ਉੱਕੇ ਰਿਪੋਰਟ ਚੱਲਣ ਡਿਆ, ਸਾਈਜ਼ ਸੂਜ ਬੋਡੀ ਦਾ ਜਮ੍ਹਾਂ ਸ਼ੇਪ ਸ਼ੂਪ ਹੈ ਜਮ੍ਹਾਂ ਉੱਕੇ ਰਿਪੋਰਟ ਆਉਣ ਦੀ। ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਪੁਰਾਣੇ ਵਲੋਗ ਵੇਖੇ ਹੋਣਾ, ਮੈਂ ਗਰਮੀਆਂ ਸੈਂਡੋ ਬਾਬਾ ਘੁੰਮਿਆ ਕਰਨਾ, ਉਹ ਚੀਜ਼ ਆਪਾਂ ਕਰ ਲਈ ਆ। ਬੰਦੇ ਨੇ ਜੇ ਚੀਜ਼ ਸੋਚੀ ਹੋਵੇ ਨਾ ਤਾਂ ਬੰਦਾ ਕਰ ਲੈਂਦਾ, ਨੀਤ ਹੋਣੀ ਚਾਹੀਦੀ ਕਰਨ ਦੀ, ਹੈ ਨਾ, ਜਜ਼ਬਾ ਹੋਣਾ ਚਾਹੀਦਾ ਬੰਦੇ ਜੀ ਕਿ ਮੈਂ ਆਹ ਚੀਜ਼ ਕਰਨੀ ਆ, ਹੈ ਨਾ। ਅਤੇ ਆ ਜਾਓ ਫਿਰ ਚੱਲੀਏ ਜੀ, ਹਮ ਚਲੋ ਵੀ ਕਹਿ ਕੇ ਚਲੋ ਚੱਲੀਏ। ਮੈਂ ਤੁਹਾਨੂੰ ਉਡੀਕਣ ਡਿਆ ਵੇ, ਫੋਨ 'ਤੇ ਲੱਗੇ ਬਾਤ ਹੀ ਕਰਨ ਡਿਆ ਇੱਥੇ। ਗੋਰੀ ਚਲੋ ਓਏ, ਉੱਧਰ ਬੈਗ ਫੜੀ ਸਾਈਡ ਬੈਗ ਫੜਦਾ, ਨਾਲ ਲੀਡਾਂ ਦੋ ਫੜ ਲਈ, ਇੱਕ ਸੀ ਟੈਪ ਅਤੇ ਇੱਕ 14 ਵਾਲੀ ਫੋਨ ਦੀ। ਚਾਰਜ ਲੈ ਲਾ ਇੱਕ, ਨਾ ਵੀ ਨਾ ਨਾ ਪੰਗੇ ਲਿਆ ਕਰੋ, ਸੰਦਾਂ ਦੇ ਨਾਲ ਪੰਗੇ ਨਹੀਂ ਦਿੰਦੇ, ਸੰਦਾਂ ਪਤਾ ਨਹੀਂ ਲੋਹੇ ਦਾ ਕਿਤੇ ਕਦੋਂ ਹੋਣਾ ਭਰਾਵਾਂ ਦੇ ਕੋਲ, ਉਹਨਾਂ ਤੈਨੂੰ ਪੈਂਡਾ ਜ਼ਿਆਦਾ ਲੱਗਦਾ ਵਾ। ਮੈਨੂੰ ਆਖੇ ਮੈਨੂੰ ਰਾਹ ਹੀ ਨਹੀਂ ਮੁੱਕਣ ਡਿਆ, ਭਾਜੇ ਜਲੰਧਰ ਹੀ ਆਏ ਰੇ, ਉਹ ਸਾਹ ਤੇਰੇ ਨਾਲ ਹੀ ਜੇ ਲੱਗ ਗਿਆ, ਦੋ ਪਰੀਆਂ ਵਾ ਉਹਨੀ ਰਾਤ ਲੱਗਣਾ, ਇੱਕ ਪਰੀ ਨੇ ਆ ਲੱਤਾਂ ਦੇ ਵਿਚਕਾਰ ਰੱਖੀ ਹੋਣੀ ਤੇ ਦੂਜੀ ਨੇ ਆ ਬਾਹਰ ਰੱਖੀ ਹੋਣੀ, ਸਾਲਾ ਪ੍ਰਾਈਵੇਟ ਜੈਟ ਤੇ ਜਵਾਂਗੇ, ਜੈਟ ਚ ਨਹੀਂ ਇੱਥੇ ਤਾਂ ਪੈਣੀ ਤੇ ਕਦੇ ਇੱਥੇ ਜਾਣੀ, ਪ੍ਰਾਈਵੇਟ ਜੈਟ ਹੀ ਤੇਰਾ ਜੇ ਚੰਡੀਗੜ੍ਹ ਆਇਆ ਤੂੰ, ਹੈ ਜਦੋਂ ਫਲੈਟ ਦੀ ਚਾਬੀ ਲਾਉਂਦਾ ਫਿਰਦਾ ਸੀ ਸਾਲਾ, ਬਣ ਕੇ ਚਿੱਟਾ ਬਣਾ ਦਲੀਰ ਬਣਾ, ਜਾਣੇ ਜਾਣੇ ਕੋਈ ਨਹੀਂ, ਹੌਸਲਾ ਰੱਖ, ਹੈ ਸਾਡੇ ਨਾਲ ਤੈਨੂੰ ਪੈਂਡਾ ਲੱਗਦਾ ਜਿਹੜਾ ਜ਼ਿਆਦਾ ਪੈਂਡਾ ਲੱਗਦਾ ਤੈਨੂੰ। ਗੋਰੀ ਸਵੇਰੇ ਆਪਣੀ ਚਾਦਰਾਂ ਚੂਦਾਂ ਧੋਣੀਆਂ ਦਈਏ, ਬੰਦਿਆਂ ਨੇ ਗੰਦੀਆਂ ਕੀਤੀਆਂ ਪਈਆਂ, ਹੈ ਹਾਂ ਮੇਸ਼ੀ ਬੰਦੇ, ਮੈਂ ਨਾ ਖੁਸ਼ ਬੜੇ, ਗੱਲ ਕੋਈ ਹੈਗੀ ਸਾਲੀ, ਮੰਨੋ ਭਾਵੇਂ ਨਾ ਮੰਨੋ, ਗੱਲ ਕੋਈ ਹੈਗੀ ਆ ਮੇਸ਼ੀ, ਉੱਧਰ ਸ਼ੇਰਾ, ਉੱਧਰ ਸ਼ੇਰਾ ਨਹੀਂ ਆਇਆ, ਸ਼ੇਰਾ ਪੂਰੀ ਫੌਜ ਚ ਆ, ਹੈ ਮੇਸ਼ੀ ਗੱਲ ਕੋਈ ਹੈਗੀ, ਮੰਨੋ ਭਾਵੇਂ ਨਾ ਮੰਨੋ, ਨਾ ਨਾ ਹੌਲੀ ਚਾਲਿਆ ਸੁੱਟਿਆ, ਹੈ ਮੈਂ ਵੀ ਮਤਰਾ ਪਾ ਤੇ ਚਾਲੇ ਯਾਰ ਨਾਲ ਜਿਮ ਨੂੰ, ਏਦਾਂ ਦੇ ਸਾਡੇ ਦੋ ਪਹਿਲਾਂ ਹੀ ਪਹੁੰਚੇ ਆ, ਸਰਪੰਚ ਨੇ ਗੁਰੀ ਫੋਲੀ ਬਾਸ਼ੀ ਮੁੜਾਉਣ ਕੀਤਾ ਪਿਆ, ਗੱਡੀ ਨਾ ਥੱਲੇ ਹੈਗੀ ਫੋਰਚੂਨਰ, ਉਹ ਲੱਭਦੇ ਨਹੀਂ ਦਿਖਦੇ ਨਹੀਂ ਹਨ ਉਹਦੇ, ਸਰਪੰਚ ਤਾਂ ਦਿਖ ਨਹੀਂ ਡਿਆ, ਦਾਦਾ ਚੁੱਕਦਾ ਚਾਬੀ ਐਨ ਵੀ ਚੁੱਕਦਾ ਚਾਬੀ ਐਨ, ਹੈ ਕਾਲੀ ਵੀਰ ਰੱਸੀ ਟਟਕਦੀ ਥੋੜ੍ਹੀ ਜਿਹੀ, ਹੈ ਲੋੜ ਨਹੀਂ ਆ ਕਰਨ ਦੀ ਬਾਸ਼ੀ ਨਿੱਕੇ ਨੂੰ, ਹੈ ਸਮਝਾਈਏ ਮਾੜਾ ਜਿਹਾ, ਲਾਮਣ ਆ ਜੇ ਬਾਸ਼ੀ ਨਹੀਂ ਮਰਜ਼ੀ ਕਰ, ਲਾਮਣ ਆ ਜੇ ਇਹਨੂੰ ਕਹਿ, ਬਾਕੀ ਨਹੀਂ ਲਈਦੇ ਆਪਾਂ, ਤੁਹਾਡੇ ਜਿਮ ਦੀ ਆਪਸ਼ਨ ਬੰਦ ਕਰਤੀ ਮੈਂ, ਤੁਹਾਡੇ ਲਈ ਆਪਸ਼ਨ ਖੋਲਤੀ ਆ, ਤੁਸੀਂ ਤੁਸੀਂ ਠੇਕੇ ਤੇ ਜਾਓ, 20 ਦੀ ਪੇਟੀ ਲਾਓ ਤੇ ਫਨ ਫੁੱਲਾਂ, ਤੈਨੂੰ ਬੰਦੇ ਦੇ ਦੇਣੇ ਆ, ਤੁਸੀਂ ਕਰੋ ਬਾਦਸ਼ੀ, ਦੋ ਡੱਬੇ ਕਹਦੇ ਆ, ਕਵਰ ਵੀ ਲੈਂਦਾ ਖੋਲ ਦੇ, ਬੁਲਟ ਤੇ ਵਿਖਾਉਣ ਡੇ ਨਾ, ਮੈਂ ਬਲੌਟ ਲੋਕੇਸ਼ਨ ਵੀ ਲੱਗ ਜਾਂਦੀ ਆ ਤੁਹਾਨੂੰ।
ਆਪਾਂ ਵੀ ਉਹੋ ਜਿਹੇ ਬਲੌਗਰ ਬਣ ਜੇ ਜਿਹੜੀ ਨਿੱਕੀ ਨਿੱਕੀ ਚੀਜ਼ ਵੀ ਲੈਂਦੇ ਉਹ ਵੀ ਉਹਦਾ ਉਹਦਾ ਥੰਮ ਲਾਉਂਦਾ ਜਿੱਦਾਂ ਮੈਂ ਹੈਡਫੋਨ ਲਿਆ ਅੱਜ ਲੈਟ ਲਾਉਣੇ ਹੈਡਫੋਨ ਮਾਂ ਵੀ ਲੈਣ ਗਿਆ ਨੱਬੇ ਆਜੋ ਕੋਈ ਨੀ ਟਾਈਮ ਲੱਗਣਾ ਲੈ ਵੀ ਮਿੱਤਰਾ ਵਰਕਆਊਟ ਕਰ ਲਿਆ ਯਾਰਾਂ ਨੇ ਓਕੇ ਰਿਪੋਰਟ ਤੇ ਹੁਣ ਡਾਈਟ ਦੀ ਮਿਲੀ ਹੈ ਧੁੱਕੀ ਬੰਦੇ ਜਿਹੜੇ ਥੱਲੇ ਬਾਸ਼ੀ ਮੁੜਾਉਣ ਕਰਕੇ ਬੈਠੇ ਸਰਪੰਚ ਨੂੰ ਚੱਕਰ ਮਾਰਿਆ ਤੈਨੂੰ ਪਤਾ ਲੱਗਾ ਹੁਣ ਚਾਬੀ ਗਵਾ ਗਈ ਸਰਪੰਚ ਨੂੰ ਨੀ ਜੇਬਾਂ ਉਹ ਵੀ ਚੀਜ਼ਾਂ ਫੋਲੀਆਂ ਜਿੱਥੇ ਜੇਬਾਂ ਹੀ ਹੈਗੀਆਂ ਜੇਬਾਂ ਕਿਹੜੀਆਂ ਪਜਾਮੇ ਦੀਆਂ ਹੈ ਚੱਕਰ ਹੀ ਪੈ ਗਿਆ ਮਿੱਤਰੋ ਉਧਰ ਫੋਨ ਨਹੀਂ ਗਿਆ ਬਾਸ਼ੀ ਕਰਨ ਦੀ ਸਾਲੇ ਇਹਦਾ ਤਾਸ਼ ਖੇਡਣ ਦੇ ਗੱਡੀ ਜਵੇ ਉਧਰ ਤਾਸ਼ ਸੱਚੀ ਤਾਸ਼ ਲੰਡੀ ਤੁਹਾਡੀ ਭੈਣ ਨੂੰ ਕੁੜੀ ਆ ਉਹ ਭੈਣ ਦੀ ਬਾਸ਼ੀ ਬਣਾਉਣ ਕਿਤੇ ਤੁਸੀਂ ਤਾਸ਼ ਲੰਡੀ ਫੋਲੀ ਨੇ ਕਿਹੜੀ ਖੁੱਤ ਚੁੱਕੀ ਉਹ ਨੁਕਰ ਤੇ ਲੱਗੀ ਹਾਏ ਹਾਏ ਲੈ ਵੀ ਮੈਂ ਤੈਨੂੰ ਕਹਿ ਦਿੰਦਾ ਕੀ ਆ ਆ ਵੇਲਾ ਕੰਮ ਇਹਨਾਂ ਦੇ ਲੈ ਖੋਤੀਆਂ ਭੱਜ ਇਹ ਵੀ ਠੋਗੀ ਆ ਕਿੰਨੇ ਖਾਣਾ ਫਲੈਟ ਜਾਣਾ ਤੁਸੀਂ ਚਲੋ ਰਹਿ ਤਾਂ ਨਹੀਂ ਖਾਣਾ ਦੇ ਨਾ ਨੀ ਕਰਦੇ ਹੋਣੇ ਸੈਂਡਵਿਚ ਡੇ ਮੋਟੇ ਖਾਦੇ ਨਾ ਜਬਾਨ ਤੇ ਨਾ ਤੇ ਹੈ ਹੀ ਨੀ ਨਾ ਨੰਦ ਚੀਜ਼ ਕੋਈ ਹੁੰਦੀ ਨੀ ਇਹ ਸਾਡੇ ਵਾਸਤੇ ਹੈ ਚਲੋ ਚਲੀ ਗਾਲੀ ਵੀਰ ਭੁੱਖ ਬਹੁਤ ਲੱਗੀ ਆ ਅਸੀਂ ਆਪਣੀ ਰਾਣੀ ਸੁੰਦਰਾ ਕੱਢੀਏ ਸਰਪੰਚ ਨਾ ਦੇ ਮਾਲੜੀ ਗੱਡੀ ਚੱਲ ਵੀ ਰਾਣੀਏ ਚੱਲੀਏ ਆਪਾਂ ਵੀ ਭੁੱਖ ਬਹੁਤ ਲੱਗੀ ਹੈ ਭੁੱਖ ਬਹੁਤ ਜ਼ਿਆਦਾ ਜਿਹਨੂੰ ਕਹਿ ਦਿੰਦੇ ਪੰਜਾਬੀ 'ਚ ਦੇਖ ਲਏ ਲੋਕ ਐਡੀ ਮਾਰਕੀਟ ਦੇ ਵਿੱਚ ਰਾਹ ਲਾ ਕੇ ਤੂੰ ਸਮਾਨ ਲੈਣ ਡਿਆ ਜਿਹੜੀ ਪਾਰਕਿੰਗ ਇੰਨੀ ਪਾਰਕਿੰਗ ਵੇਖ ਲੈਂਦੇ ਇਹੋ ਜਿਹੇ ਬੰਦੇ ਨਾ ਜਿਹਨਾਂ ਨੂੰ ਅਗਲ ਨਹੀਂ ਨਾ ਹੁੰਦੀ ਕਿ ਇਹਨਾਂ ਨੂੰ ਕਿਸੇ ਨਾ ਕੋਈ ਲੜ ਦੇਣਾ ਨਹੀਂ ਬਸ ਆਪਣੀ ਲੱਗੀ ਮੈਂ ਠੀਕ ਕੰਮ ਕੀਤਾ ਆਪਣਾ ਕੰਮ ਕੀਤਾ ਤਾਂ ਭੈਣੀ ਹੈ ਵਜੀਤ ਬੇਵਕੂ ਈਡੀਅਟ ਸੁਣਾਉਣ 'ਤੇ ਬਦਤਮੀਜ਼ ਸੁਣਾਉਣ 'ਤੇ ਹੈ ਹੋਰ ਕਿਸੇ ਦਾ ਸੋਚਦੇ ਨਹੀਂ ਆਪਣਾ ਹੀ ਸੋਚਦੇ ਆ ਬੇਫਕੂਸ ਨਾਲ ਇਡੀਅਟਸ ਤੁਸੀਂ ਖਾਣਾ ਨਹੀਂ ਕੁਝ ਹੋਣਾ ਨਹੀਂ ਉਹ ਚੀਜ਼ ਨਹੀਂ ਹੋਣੀ ਥੋੜੀ ਉਹ ਲਿਫਟ ਜੋੜੀ ਕੋ ਸਿਰ ਬਟਨ ਦਾ ਫੇਰ ਖੁੱਲ ਗਈ ਹਾਏ ਹਾਏ ਸੌਂਦਾ ਤੇ ਕੰਮ ਹੀ ਕੋਈ ਨਹੀਂ ਇੰਨੇ ਬੰਦਿਆਂ 'ਚ ਸੌਂਦਾ ਕੋਈ ਕੰਮ ਨਹੀਂ ਇੰਨੇ ਬੰਦਿਆਂ 'ਚ ਹੈ ਮੈਂ ਅੱਖਾਂ ਇੱਧਰ ਆਇਆ ਉੱਪਰਲੇ ਬੰਦੇ ਹੋ ਜਾਂਦਾ ਹਾਂ ਦੱਸ ਉਹ ਟੱਪ ਕਰ ਬਸ
ਨਹੀਂ ਭਲਾ ਨਹੀਂ ਯਾਰ ਆਪਾਂ ਨੀ ਕੰਮ ਕਰਨਾ ਬੰਦੇ ਹੈਗੇ ਮੇਰੇ ਕੋਲ ਜਿੱਥੇ ਮੈਂ ਜਾਣਾ ਮੈਂ ਕੁਛ ਨਹੀਂ ਪਤਾ ਬੰਦ ਕਰੋ ਕੰਮ ਭਰਾ ਸਾਲਿਆ ਤੂੰ ਆਪਣਾ ਨਹੀਂ ਨਹੀਂ ਭੁਲਰਾ ਨਹੀਂ ਜਮਾ ਨੀ ਕੰਮ ਪਤਾ ਗਰਮੀ ਬੜੀ ਛਿੱਲਿਆ ਜਾਣਾ ਕੰਮ ਮੁੜਕਾ ਬਣਾਉਂਦਾ ਕੁੜੀ ਕਿਹੜੀ ਚੈਰੀ ਗਲੋਸੀ ਇਕੱਲੀ ਚੈਰੀ ਗਲੋਸੀ ਨਹੀਂ ਫਿਰ ਨਹੀਂ ਪਤਾ ਕੀ ਚੱਕਰ ਗਰਮੀ ਬੜੀ ਆ ਕੁੜੀ ਕੰਮ ਖਰਾਬ ਹੋ ਜਾਣਾ ਤਾਂ ਕਰ ਖਾਓ ਪੀਓ ਆਨੰਦ ਲਓ ਜ਼ਿੰਦਗੀ ਦੇ ਪਰ ਪਾਸ ਕੰਮ ਬੰਦ ਕਰ ਦੇ ਆ ਲੈਂਦੇ ਕੋਈ ਨੀ ਸਮਾਨ ਅਜੇ ਹੋਰ ਦਿਖਾਉਣਾ ਦੱਸ ਦੇ ਮੂੰਹ ਜਿਹਾ ਭਰੀ ਨਾ ਲਾਉਣਾ ਉਹ ਥੋਕੇ ਡੌਖ ਲੱਗਣਾ ਸਾਡੇ ਦਾ ਗੋਰੀ ਨੇ ਪੋਜ ਦੱਸਿਆ ਗੋਰੀ ਨੇ ਮੂੰਹ ਦੱਸਿਆ ਕੁੜੀ ਅੱਜ ਮੇਰੇ ਰੱਬ ਨੂੰ ਚੱਲ ਪਈ ਇਹ ਟਿਊਨ ਕਿਹੜੀ ਲੱਗੀ ਆ ਚੀਕਾਂ ਹੀ ਕਾਹਤੋਂ ਮਾਰਦੀ ਆ ਇਹ ਹੈ ਮਤਰਾ ਪਹੁੰਚ ਗਈ ਫਲੈਟ ਤੇ ਗੱਲ ਏਦਾਂ ਹੀ ਚੱਕਰ ਪੈ ਗਿਆ ਚੱਕਰ ਇਹ ਪੈ ਗਿਆ ਕਿ ਸਰਪੰਚ ਦੇ ਕੋਲ ਚਾਬੀ ਚੱਲ ਗਈ ਸਾਡੇ ਫਲੈਟ ਦੀ ਗੱਲ ਕਰੀ ਸਰਪੰਚ ਹੁਣੀ ਜਾ ਵੜੇ ਆ ਸਾਜਨਾ ਦੇ ਕੋਲ ਮੈਂ ਵੀ ਚਾਬੀ ਫੜਾ ਦਿਓ ਅਤੇ ਫਿਰ ਤੁਸੀਂ ਆਪਣਾ ਮਾਹੌਲ ਬਣਾ ਲਿਓ ਜਿਹੜਾ ਬਣਾਉਣਾ ਕਹਿੰਦੇ ਅਸੀਂ ਆ ਹੀ ਜਾਂਦੇ ਹਾਂ ਮੈਂ ਕਿਹਾ ਆ ਜਾਓ ਬਈ ਹੁਣ ਜੇ ਆਪਾਂ ਪਾਰਕ ਦੇ ਵਿੱਚ ਆਨੰਦ ਮਾਣਦੇ ਮੁੰਡਿਓ ਹੈ ਪਾਰਕ ਦੇ ਵਿੱਚ ਲਾਉਂਦੇ ਮੈਂ ਫਿਰ ਪੰਜ ਮਿੰਟ ਗੱਡੀ ਲਾ ਕੇ ਹਾਂਜੀ ਠੀਕ ਹੈ ਜੀ ਅੱਛਾ ਜੀ ਨਾ ਖੜੋ ਥਾਸ ਫਿਰ ਚਲੋ ਉੱਥੋਂ ਦੀ ਕੋਸ਼ਿਸ਼ ਕਰੋ ਅਤੇ ਬਾਰੀ ਠੱਪ ਠੱਪ ਨਾ ਮਾਰਿਓ ਹੌਲੀ ਖੋਲਿਓ ਅਤੇ ਹੌਲੀ ਮਾਰਿਓ ਕੁਛ ਨੀ ਗੁਰਾ ਬੇਚ ਦੀ ਤਾਸ਼ ਦੀ ਨੀ ਜਾਏ ਤੈਨੂੰ ਮੈਂ ਤੈਨੂੰ ਪੁੱਠੀ ਕਰਨੀ ਆ ਉਹਦੀ ਨਾ ਹੈਂ ਸਿੱਧੀ ਦੀ ਬਣੀ ਕਰਦਾ ਲੈ ਵੀ ਮਿੱਤਰਾ ਤੈਨੂੰ ਫਲੈਟਾਂ ਦਾ ਇਸ ਪਾਸੇ ਕਦੀ ਆਏ ਨਹੀਂ ਤੁਹਾਨੂੰ ਆਹ ਵੀ ਪਾਸਾ ਵਿਖਾ ਦੀ ਸਾਡੇ ਫਿਲਟ 'ਤੇ ਆ ਵੀ ਆਹ ਵੀ ਮਾਹੌਲ ਹੈਗਾ ਜੀ ਹੈ ਸਾਡੇ ਪਿੰਡ ਸਾਡੇ ਇਸ ਪਾਸੇ ਇਹ ਵੀ ਮਾਹੌਲ ਹੈਗਾ ਜੀ ਮਿੱਤਰੋ ਕਿਹੜਾ ਬਣਦਾ ਭਾਬੀ ਦੇ ਬੈਠਕਾਂ ਵੀਹ ਵੀਹ ਜੇ ਜਾਂ ਵੀਹ ਡੰਡ ਜੇ ਇਹ ਹੁਣ ਆਪਣੀ ਮਰਜ਼ੀ ਨਾ ਤੁਸੀਂ ਕੀ ਮਾਰਨਾ ਨਹੀਂ ਜੀ ਚੁੱਕੀ ਯਾਰ ਸਾਡੇ ਨੌਵਾਂ ਚੋ ਕੁੜੀ ਉਹਨੀ ਮਿੱਟੀ ਫਜ ਲੱਗੀ ਵੇਖੋ ਕਿੱਦਾਂ ਹੁੰਦਾ ਹੁਣ ਕਹਿੰਦੇ ਇੱਕ ਦੋ ਤਿੰਨ ਤੇ ਯਾਰ ਹੁਣੀ ਚਾਰ ਲੱਗ ਜੂ ਪਤਾ ਕਿਹਦੀਆਂ ਬੈਠਕਾਂ ਵੱਜਦੀਆਂ ਇੱਥੇ ਹੁਣ ਤੇਰੀ ਬੜੀ ਨਿਗਾਹ ਤੇਰੀ ਕੁੜੀ ਹੈ ਕਿੰਨਵਾਂ ਫਲੋਰ ਵੀ ਦੱਸ ਦੇ ਪੰਜਵਾਂ ਫਲੋਰ ਬੜੀ ਨਿਗਾਹ ਤੇਰੀ ਕੁੜੀ ਹੈ ਤੇਰਾ ਕਹਿੰਦੀ ਢਿੱਲੋ ਬਣ ਗਿਆ ਢਿੱਲੋ ਨੀ ਬਣਦਾ ਇੱਕ ਦੋ ਤਿੰਨ
ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਆਸੇ ਪਾਸੇ ਕੀ ਵੀ ਨਾ ਕੋਈ ਵੀਡੀਓ ਕੀ ਬਣਾਉ ਆਪਣੇ ਬਾਊ ਚ ਪੈ ਜਾਣੀ ਹੈ ਨਾ ਚੱਲੀ ਉੱਥੇ ਚਾਬੀ ਚਾਬੀ ਫੜਾ ਕੇ ਜਾ ਕੇ ਸੋਈਆਂ ਸਾਰੇ ਸਿਰ ਉੱਠਣਾ ਨੀ ਲੈ ਵੀ ਮਿੱਤਰਾ ਆ ਵੀ ਕੀ ਬੜੇ ਦਿਨਾਂ ਬਾਅਦ ਕੀਤੀ ਤੇ ਪਿੰਡ ਤਾਸ਼ ਚੱਲਦੀ ਹੁੰਦੀ ਜਦੋਂ ਆਪਾਂ ਪਰਲੇ ਪਾਸੇ ਵੇਲੀ ਛੱਤਨੇ ਸੀ ਉਦੋਂ ਫੁੱਲ ਹੀ ਤਾਸ਼ ਚੱਲੀ ਫੁੱਲ ਹੀ ਕੀ ਹੋਇਆ ਹਾਂ ਗੋਦੀ ਨੇ ਕਰਾਈ ਆ ਤੇ ਦੂਜੀ ਮੂਰਖ ਰਬੜਾਂ ਕਾਹਤੋਂ ਪਾਉਣੀਆਂ ਸਾਰਾ ਸਮਾਨ ਦੱਸ ਕੇ ਗਿਆ ਉਹਨੇ ਪਾਤਾ ਨਹੀਂ ਨਹੀਂ ਉਹ ਗੱਲ ਉਹਨੇ ਜਿਹੜੀ ਚੀਜ਼ ਆਪਾਂ ਕਹੀ ਨੇ ਉਹਨੇ ਕਰਤਾ ਓਕੇ ਰਿਪੋਰਟ ਬੁੱਢਾ ਦਾ ਕੰਮ ਵਧੀਆ ਕੀਤਾ ਨਾ ਦੂਜੀ ਬਹਿ ਬਹਿ ਕਰਾ ਗਿਆ ਕਾਲੀ ਵੀ ਚੰਗੇ ਤਵੇ ਲਾਉਂਦੇ ਅੱਜ ਆਪਣੀ ਤਾਂ ਆਪਣੇ ਹੱਥ ਮਾਣ ਹੁੰਦਾ ਭਰਾਵਾਂ ਦੇ ਤੂੰ ਸਾਰਾ ਕਿਤੇ ਕਸਰਾਂ ਮਾਰਦੀ ਕਿਤੇ ਕਸਰਾਂ ਮਾਰਦਾ ਸਾਰੇ ਕਾਲੀ ਵੀਰ ਵੀ ਥੱਕਿਆ ਜੇ ਹੁਣ ਪਿੰਡ ਜਾਣ ਦਾ ਕਮੈਂਟ ਨਾ ਕਰਿਓ ਹਜੇ ਨੀ ਜਾਂਦੇ ਯਾਰ ਮੇਰੇ ਹਜੇ ਰਵਾਂਗੇ ਹਜੇ ਹਫ਼ਤਾ ਖੰਡ ਇੱਥੇ ਅਸਲ ਵਿੱਚ ਨਾ ਜਨਵਰੀ ਗਰਮੀ ਬਹੁਤ ਜ਼ਿਆਦਾ ਪਿੰਡ ਨਾ ਅਤੇ ਇੱਕ ਤਾਂ ਜਿੰਮ ਜੁੰਮ ਨਹੀਂ ਲੱਗਦਾ ਇੱਥੇ ਇਹ ਹੈ ਕਿ ਜਿੰਮ ਜੁੰਮ ਲੱਗੀ ਜਾਂਦਾ ਵਧੀਆ ਸਰਪੰਚ ਦੀ ਮੈਂਬਰਸ਼ਿਪ ਲੈ ਤੀ ਅੱਜ ਅਤੇ ਜਦੋਂ ਕੋਈ ਜ਼ਰੂਰੀ ਕੰਮ ਪਊਗਾ ਫਿਰ ਪਿੰਡ ਗੇੜਾ ਮਾਰਾਂਗੇ ਅਤੇ ਫਿਲਹਾਲ ਤਾਂ ਆਪਾਂ ਇੱਥੇ ਹਫ਼ਤਾ ਦੇ ਘੱਟੋ ਘੱਟ ਲਾਵਾਂਗੇ ਯਾਰ ਕੀ ਹੈ ਨਾ ਅਤੇ ਬਾਕੀ ਬੰਦੇ ਵੀ ਅੱਜ ਆ ਗਏ ਆ ਸ਼ੇਰਾ ਕਹਿੰਦਾ ਮੈਂ ਜਾਣਾ ਨਹੀਂ ਮੈਂ ਰਹਿਣਾ ਪਿੰਡ ਹੀ ਸ਼ੇਰਾ ਕੋਈ ਨਾ ਕੋਈ ਕਰੂਗਾ ਮੈਨੂੰ ਲੱਗਦਾ ਦਾਲ 'ਚ ਕੋਈ ਕਾਲਾ ਲੱਗਦਾ ਸਾਨੂੰ ਉਹ ਤਾਂ ਹੀ ਜਿਹੜੀ ਤਾਂ ਰਹਿਣ ਵਾਲੀ ਜਿੰਸ ਨਹੀਂ ਹੋਵੇਗੀ ਹੈ ਨਾ ਅਤੇ ਬਾਕੀ ਜਾਣ ਮੇਰੀ ਇਹ ਵਿਹਨੇ ਆ ਕੱਲ੍ਹ ਕੀ ਮਾਹੌਲ ਬਣਦਾ ਅੱਜ ਤਾਂ ਕਿਸੇ ਪਾਸੇ ਜਾਇਆ ਨਹੀਂ ਗਿਆ ਅਤੇ ਇੱਦਾਂ ਮਾੜਾ ਮੋਟਾ ਜਿਹਾ ਵਲੋਗਿੰਗ ਕੱਢਿਆ ਮੈਂ ਤੁਹਾਨੂੰ ਅੱਖਾਂ ਟਾਈਮ ਪਾਸ ਜਾਈ
ਮੈਂ ਗੱਲ ਕਰੀਏ ਆਪਣੇ ਵਲੌਗ ਦੇ ਡੇਲੀ ਰੂਟੀਨ ਦੇ, ਜੋ ਕਰਤਾ ਉਹ ਤੁਹਾਨੂੰ ਦੱਸਤਾ ਗਿਆ ਕੀਤਾ ਅੱਜ, ਬਾਕੀ ਕੱਲ੍ਹ ਥੋੜ੍ਹਾ ਮਾਹੌਲ ਜ਼ਿਆਦਾ ਬਣੂੰਗਾ। ਕੱਲ੍ਹ ਇਹ ਆ ਕਿ ਦੋ ਦਿਨ ਕੰਮ ਕਰਨੇ ਆ, ਦੋ ਦਿਨ ਸੱਜਣਾ ਨੂੰ ਮਿਲਣਾ ਵਾ, ਅਤੇ ਕੱਲ੍ਹ ਵੇਖਦੇ ਹਾਂ ਵਲੌਗ ਕਿੱਧਰ ਨੂੰ ਜਾਂਦਾ ਸਵੇਰੇ ਉੱਠ ਕੇ, ਜੋ ਕਹਿਣਾ ਕੈਮਰਾ ਆਪਾਂ ਖਾਣਾ ਰੋਜ਼ ਦੀ ਤਰ੍ਹਾਂ। ਅਤੇ ਬਾਕੀ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਮੇਰੀ ਸਨੈਪਚੈਟ 'ਤੇ ਪੈਂਦੀਆਂ ਵਾ, ਇੰਸਟਾਗ੍ਰਾਮ 'ਤੇ ਪੈਂਦੀਆਂ, ਵਲੌਗ 'ਚ ਨਹੀਂ ਪੈ ਸਕਦੀਆਂ ਨਾ, ਤਾਂ ਕਰਕੇ ਉੱਥੇ ਫੋਲੋ ਕਰਕੇ ਰੱਖੋ। ਉਹਨਾਂ ਦਾ ਵੀ ਅਕਾਊਂਟ ਮੈਨਸ਼ਨ ਕੀਤਾ, ਮੈਨਸ਼ਨ ਨਹੀਂ ਮਤਲਬ ਕਿਸੇ ਦਾ ਸਕਰੀਨਸ਼ੋਟ ਪਾਇਆ, ਫੇਕ ਅਕਾਊਂਟ ਕਾਫੀ ਬਣੇ ਕਰਕੇ ਨਾ, ਅਤੇ ਉੱਥੋਂ ਤੁਸੀਂ ਵੇਖ ਕੇ ਫੋਲੋ ਕਰ ਸਕਦੇ ਜੀ। ਅਤੇ ਬਾਕੀ ਜਾਂਦੇ ਜਾਂਦੇ ਘੈਂਟ ਜਾ ਕਮੈਂਟ ਕਰ ਜਿਓ, ਜਿਹੜਾ ਵਲੌਗ ਵੇਖਿਆ ਨੂੰ ਲਾਈਕ ਕਰ ਜਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਹਫ਼ਤੇ 'ਚ ਇੱਕ ਵਲੌਗ ਆਪਣਾ ਇਹੋ ਜਿਹਾ ਆਇਆ ਕਰਨਾ, ਟੋਚ ਨਾਲ ਆ ਗਿਆ ਜਾਂ ਕਿਤੇ ਘੁੰਮਣ ਫਿਰਨ ਚੱਲ ਗਏ, ਹੈ ਨਾ, ਜ਼ਿਆਦਾ ਗਾਹ ਪਹੁੰਚੇ ਵਾਲਾ, ਹੈ ਨਾ। ਅਤੇ ਮਿਲਦੇ ਹਾਂ ਬਾਕੀ ਮੇਰੀ ਜਾਣਕਾਰ ਨੂੰ, ਬਾਏ ਬਾਏ ਜੀ, ਦੇ ਵਾਹ ਤੇਰੇ ਉਹਦੇ ਨਜ਼ਾਰੇ ਲਓ।